टू द पॉइंट विच ग्राउंड जीरो तो एक बार फिर तुहाडा स्वागत करदा मैं के पी सिंह। जिस तरीके नाल ये दरवाजा खुला केंद्र सरकार कहती है किसानों लिए दरवाजा खुला, पर जिहड़ियां ये तुसी विरल देख रहे हो ये विरल दे विच ये भी देखा जा रहा है कितने किसान जथेबंदियों के विरलता नहीं पै गई, कितने अंदोलन के विरलता नहीं पै गई, अंदोलन में फुटता नहीं पै गई, उस नजरिए भी समझने की कोशिश की जा रही है। केंद्र सरकार प्रैस कॉन्फ्रेंस करती है, प्रैस कॉन्फ्रेंस में कहती है कि साडे वालों किसानों खुला सद्दा खुली गलबात होनी चाहिए है, असी लगातार उन्होंने संपर्क में गलबात करते पे हाँ। पर जो किसान जथेबंदियां इसका जवाब देंदियां वह प्रैस कॉन्फ्रेंस करते हैं, वह कहते हैं कि सरकार गुमराह कर रही है, मगरमच्छ से हंझू बहा रही है, जो सरकार ये कहती है कि ठंड में बैठे है लोग, कोविड का दौर है तो सानू फिक्र है, उदों ये किसान जथेबंदियां इस गल के उत्ते सवाल खड़े करती है। पर जो प्रैस कॉन्फ्रेंस के राजेवाल हरी सख्त शब्दों की वरतों करते हैं कि सानू गोल गुमल घुमाया जा रहा है, तो सानू इउं समझा जा रहा है कि इन्हों कुछ पता नहीं, पर सानू कली कली गल समझ आ रही है। इन्हां किसान जथेबंदियां नुमाइंदियां नाल भी गलबात होगी, केंद्र सरकार के सवालों पर भी इन्हों तो सवाल किए जाएंगे, तो वड्डा सवाल यही होगा केंद्र सरकार के बयान से क्यों पड़ के किसान ਬਲਵੀਰ ਸਿੰਘ ਰਾਜੇਵਾਲ ਇਸ ਵਿੱਚ ਸਾਡਾ ਮੌਜੂਦ ਹੈਗਾ। ਰਾਜੇਵਾਲ ਜੀ, ਅੱਜ ਦੀ ਮੀਟਿੰਗ ਦਾ ਮਕਸਦ ਕੀ ਸੀ? ਅੱਜ ਦੀ ਮੀਟਿੰਗ ਦਾ ਅੱਗੇ ਸਟੇਟ ਦੇ ਵਿੱਚ ਸਾਰੇ ਕੁਝ ਸਾਡੀਆਂ ਆਪਣੀਆਂ ਇੱਥੇ ਦੀਆਂ ਮਸਲੇ ਸੀ ਉਹਨਾਂ ਨੂੰ ਡਿਸਕਸ ਕਰਨਾ ਸੀ, ਸਟੇਜ ਦਾ ਤੇ ਲੋਕਾਂ ਦੇ ਪ੍ਰਬੰਧਾਂ ਦਾ ਉਹਦੇ ਬਾਰੇ ਸੀ ਮੀਟਿੰਗ। ਤੇ ਸ਼ਾਮ ਨੂੰ ਆ ਜਿਹੜੀ ਐਗਰੀਕਲਚਰ ਮਿਨਿਸਟਰ ਔਰ ਰੇਲਵੇ ਮਿਨਿਸਟਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਮੇਨ ਅੱਜ ਇੰਪੋਰਟੈਂਸ ਉਹਦੀ ਹੈ। ਖੇਤੀਬਾੜੀ ਮੰਤਰੀ ਨੇ ਤੇ ਰੇਲ ਮੰਤਰੀ ਨੇ ਤਾਂ ਸਾਫ਼ ਤੌਰ ਤੇ ਕਿਹਾ ਕਿ ਅਸੀਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਉਸ ਨੂੰ ਮੰਨ ਲਿਆ, ਹੁਣ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਕਿ ਉਹ ਪਹਿਲ ਕਰਨ, ਸਾਡੇ ਵੱਲੋਂ ਸੱਦਾ ਖੁੱਲ੍ਹਾ। ਮੈਨੂੰ ਇੱਕ ਦੱਸਿਓ, ਜਦੋਂ ਆਪ ਕਹਿੰਦੇ ਨੇ ਅੱਜ ਵੀ ਅਸੀਂ ਇਹ ਟ੍ਰੇਡ ਔਰ ਕਾਮਰਸ ਵਾਸਤੇ ਬਣਾਇਆ ਕਾਨੂੰਨ, ਇਹਦਾ ਮਤਲਬ ਕਿਸਾਨਾਂ ਵਾਸਤੇ ਤਾਂ ਨਹੀਂ ਬਣਾਇਆ? ਫਿਰ ਟੇਢੇ ਢੰਗ ਨਾਲ ਸਾਡੇ ਕੋਲ ਮੋਹਰ ਲਾਉਂਦੇ ਵੀ ਕਾਨੂੰਨ ਇਹ ਠੀਕ ਹੈ, ਅਮੈਂਡਮੈਂਟਸ ਕਰਕੇ ਮੋਹਰ ਲਾਉਂਦੇ ਨਾ, ਅਮੈਂਡਮੈਂਟਸ ਕਹਿੰਦੇ ਨੇ ਜੋ ਮਰਜ਼ੀ ਕਰਵਾ ਲਓ ਅਮੈਂਡਮੈਂਟਸ, ਇਹ ਵੀ ਨਹੀਂ ਜੋ ਉਹਨਾਂ ਨੇ ਐਲਾਨ ਕੀਤੀ ਹੈ ਉਹ ਤਾਂ ਵਰਬਲੀ, ਤਾਂ ਇਹ ਵੀ ਕਹਿੰਦੇ ਜੋ ਮਰਜ਼ੀ ਕਰਾ ਲਓ, ਪਰ ਜੇ ਕਾਨੂੰਨ ਕੰਸਟੀਟਿਊਸ਼ਨ ਦੀ ਵਾਇਲੇਸ਼ਨ ਕਰੇ, ਜਿਹੜਾ ਸਟੇਟ ਸਬਜੈਕਟ ਹੈ, ਅੱਜ ਇਹ ਖੇਤੀ 'ਚ ਦਖਲ ਦੇ ਰਹੇ ਨੇ, ਉੱਦਾਂ ਖੇਤੀ 'ਚ ਦਖਲ ਦੇਣਾ ਇਹਨਾਂ ਨੂੰ ਕੋਈ ਅਧਿਕਾਰ ਨਹੀਂ, ਅਤੇ ਇਸ ਟੇਢੇ ਢੰਗ ਨਾਲ ਐਂਟਰ ਹੋ ਕੇ ਸਟੇਟ ਸਬਜੈਕਟ 'ਚ ਇਹ ਫਿਰ ਖੇਤੀ ਦੇ ਸੈਕਟਰ ਨੂੰ ਬਰਬਾਦ ਕਰ ਦੇਣਾ ਚਾਹੁੰਦੇ ਨੇ, ਅਸੀਂ ਕਿਉਂ ਮੰਨੀਏ ਇਹਨਾਂ ਦੀ ਗੱਲ ਜਿੰਨੀ ਦੇਰ ਤੱਕ ਰਿਪੀਲ ਨਹੀਂ ਕਰਦੇ? ਰਾਜੇਵਾਲ ਜੀ, ਤੁਹਾਨੂੰ ਇਉਂ ਲੱਗਦਾ ਕਿ ਜਿਹੜੀ ਅੱਜ ਪ੍ਰੈਸ ਕਾਨਫਰੰਸ ਸੀਗੀ ਉਸ ਪ੍ਰੈਸ ਕਾਨਫਰੰਸ ਦੇ ਵਿਚਾਲੇ ਆਮ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਕਿਸਾਨ ਜਥੇਬੰਦੀਆਂ ਅੜੀਆਂ ਹੋਈਆਂ, ਸਰਕਾਰ ਉਹਨਾਂ ਦੇ ਨਾਲ ਖੜੀ ਆ, ਸਰਕਾਰ ਗੱਲਬਾਤ ਸੁਣਨ ਤਿਆਰ ਆ, ਇਉਂ ਮੈਸੇਜ ਦੇਣਾ ਚਾਹ ਰਹੇ ਹੋ? ਨਹੀਂ ਨਹੀਂ ਨਹੀਂ, ਇਸ ਤਰ੍ਹਾਂ ਨਹੀਂ, ਸਰਕਾਰ ਨੂੰ ਬਹੁਤ ਵਾਰੀ ਅਸੀਂ ਚਰਚਾ ਕਰ ਲਈ, ਕਾਨੂੰਨ ਦੀ ਇੱਕ ਇੱਕ ਮੱਦ ਦੇ ਉੱਤੇ ਚਰਚਾ ਕਰ ਲਈ, ਉਹ ਹੁਣ ਫਿਰ ਚਰਚਾ ਦੀ ਸਮਾਂ ਬਰਬਾਦ ਕਰਨਾ ਚਾਹੁੰਦੇ ਨੇ, ਉਹ ਇਹ ਤੋਂ ਅੱਗੇ ਨਹੀਂ ਤੁਰਦੇ, ਚਰਚਾ ਅਸੀਂ ਕਰ ਚੁੱਕੇ, ਅਸੀਂ ਜਿਹੜੀ ਗੱਲ ਅਸੀਂ ਬੁਨਿਆਦੀ ਗੱਲ ਜਿਹੜੀ ਕਹਿੰਦੇ ਹਾਂ ਉਹਦੇ 'ਤੇ ਸਰਕਾਰ ਨਹੀਂ ਆ ਰਹੀ ਸਾਡਾ, ਅਸੀਂ ਇੱਥੇ ਕੋਈ ਸ਼ੌਕ ਨਾਲ ਨਹੀਂ ਬੈਠੇ, ਸਰਕਾਰ ਨੂੰ ਕੀ ਤਕਲੀਫ ਹੈ, ਬੈਠੇ ਅਸੀਂ ਹਾਂ, ਠੰਡ 'ਚ ਅਸੀਂ ਬੈਠੇ ਹਾਂ, ਲੋਕ ਸਾਡੇ ਆਉਂਦੇ ਨੇ, ਇਹ ਸਾਰੀ ਕਾਸ਼ਟ ਅਸੀਂ ਚੱਲਦੇ ਹਾਂ ਸਰ, ਇੰਨੇ ਤਾਂ ਨਹੀਂ ਅਸੀਂ ਇਮਿਊਨ ਹੈਗੇ ਵੀ ਜਿਹੜਾ ਸਾਨੂੰ ਇਹਨਾਂ ਦੀ ਸਮਝ ਨਹੀਂ ਪੈਂਦੀ, ਇਸ ਕਰਕੇ ਸਰਕਾਰ ਕਿਸਾਨਾਂ ਨੂੰ ਜਾਣ ਬੁੱਝ ਕੇ ਜਿਹੜੇ ਕਾਰਪੋਰੇਟ ਹਾਊਸਿਸ ਨੇ ਉਹਨਾਂ ਦੇ ਮੂੰਹ 'ਚ ਤੱਕਣਾ ਚਾਹੁੰਦੀ ਹੈ। ਉਹ ਤਾਂ ਜ਼ਿਕਰ ਕਰਦੇ ਪਏ ਆ ਕਿ ਠੰਡੇ ਤੁਸੀਂ ਬੈਠੇ ਹੋ, ਕੋਵਿਡ ਹੈ, ਸਾਨੂੰ ਬਹੁਤ ਫਿਕਰ ਹੈ ਇਹਨਾਂ ਦੀ। ਦੇਖੋ ਮਗਰਮੱਛ ਦੇ ਹੰਝੂ ਹੈ, ਅੱਗੇ ਵੀ ਭੌਂਦੇ ਰਹੇ, ਹੁਣ ਵਾਈ ਜਾਣ, ਹੋਰ ਉਹਨਾਂ ਦੇ ਕੋਲ ਕੀ ਹੈ, ਕਹਿਣ ਨੂੰ ਕੀ ਹੈ, ਜਦੋਂ ਕਾਰਪੋਰੇਟਸ ਦਾ ਦਬਾਅ ਹੈ ਉਹਨਾਂ ਦੇ ਉੱਤੇ, ਇਸੇ ਕਰਕੇ ਉਹ ਵਾਪਸ ਨਹੀਂ ਲੈ ਰਹੇ ਕਾਨੂੰਨ, ਹੋਰ ਦਿੱਕਤ ਦੱਸੋ ਕੀ ਹੈ। ਉਹਨਾਂ ਨੇ ਅੱਜ ਕਿਹਾ ਕਿ 1,34,000 ਕਰੋੜ ਦਾ ਬਜਟ ਹੈ ਖੇਤੀਬਾੜੀ ਦਾ, ਅਤੇ ਨਾਲ ਉਹ ਕਹਿੰਦੇ ਆ ਕਿ ਪਿਛਲੀ ਸਰਕਾਰ ਦੇ ਨਾਲੋਂ ਤਕਰੀਬਨ 6 ਗੁਣਾ ਜ਼ਿਆਦਾ, ਕਹਿੰਦੇ ਤਾਂ ਅਸੀਂ ਤਾਂ ਇੰਨੀ ਵੈਲਫੇਅਰ ਸੋਚਦੇ ਪਏ, ਇੰਨਾ ਕੁਛ ਸੋਚਦੇ ਪਏ ਹਾਂ। ਨਾ ਇਹ ਮੈਂ ਇਸ ਚਰਚਾ 'ਚ ਨਹੀਂ ਪੈਣਾ ਚਾਹੁੰਦਾ, ਜੇ ਇੱਦਾਂ ਵੀ ਦੇਖੋ ਤਾਂ ਡੀਵੈਲਿਊਸ਼ਨ ਦੇਖ ਲਓ ਕਿੰਨੀ ਹੋ ਗਈ, ਇਹ ਐਵੇਂ ਗੱਲਾਂ ਹੁੰਦੀਆਂ ਪੋਲੀਟੀਕਲ ਲੋਕਾਂ ਦੀਆਂ ਗੱਲਾਂ ਨੇ, ਇਹਦੇ ਵਿੱਚ ਕੁਛ ਨਹੀਂ, ਉਹਨਾਂ ਦੇ ਕੋਲ ਹੈ ਕੁਛ ਨਹੀਂ, ਉਹ ਆਪਣੇ ਆਪ ਨੂੰ ਸਪੋਰਟ ਕਰਨ ਵਾਸਤੇ ਜਿਹੜੀਆਂ ਸਕੀਮਾਂ ਚੱਲੀਆਂ ਆਉਂਦੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਨੇ, ਸਵਾਲ ਤਾਂ ਇਹਨਾਂ ਕਾਨੂੰਨਾਂ ਦਾ ਹੈ, ਇੱਥੇ ਉਹ ਕਹਿੰਦੇ ਟ੍ਰੇਡ ਐਂਡ ਕਾਮਰਸ ਵਾਸਤੇ ਹੈ, ਅਤੇ ਫਿਰ ਕਿਸਾਨ ਕੀ ਕਰਨ, ਕਿਸਾਨਾਂ ਨੂੰ ਕਿਹੜੇ ਖੂਹ ਸਿੱਟਣੇ, ਉਹਨਾਂ ਨੂੰ ਕੌਮ ਉਹਦੇ ਹੈਗੇ ਨੇ ਕਾਰਪੋਰੇਟ ਹਾਊਸਿਸ, ਉਹਨਾਂ ਦੇ ਮੂੰਹ 'ਚ ਦੇ ਦੇਣਾ, ਸਵਾਲ ਤਾਂ ਹੈ। ਨਹੀਂ ਹੁਣ ਗੱਲਬਾਤ ਤੁਹਾਡੀ ਅੱਗੇ ਨਹੀਂ ਤੁਰੂਗੀ? ਦੇਖੋ ਜੀ, ਜੇ ਕੋਈ ਕੰਸਟਰਕਟਿਵ ਆਏਗਾ ਫਿਰ ਗੱਲਬਾਤ ਅਸੀਂ ਕਰਨ ਜਾਵਾਂਗੇ, ਇੱਡਾ ਵੀ ਨਹੀਂ ਵੀ ਅਸੀਂ ਗੱਲਬਾਤ ਤੋਂ ਬਿਲਕੁਲ ਮੁਕੰਮਲ ਅਸੀਂ ਡੈਡਲੌਕ ਪੈਦਾ ਕਰਤਾ, ਸਰਕਾਰ ਬੇਈਮਾਨੀ ਕਰ ਰਹੀ ਹੈ,
ਸਾਡਾ ਗੱਲਬਾਤ ਤੋਂ ਭੱਜਣ ਦਾ ਕੋਈ ਮਨਸ਼ਾ ਨਹੀਂ। ਰਾਜੇਵਾਲ ਜੀ, ਇਹ ਇਹ ਸਾਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਤੁਸੀਂ ਬੜੇ ਤਜਰਬੇਕਾਰ ਹੋ, ਜਦੋਂ ਇਨਵਾਈਟ ਆਊਗਾ ਇਨਵਾਈਟ ਵਿੱਚ ਲਿਖ ਕੇ ਤਾਂ ਆਊਗਾ ਨਹੀਂਗਾ ਕਿ ਅਸੀਂ ਰਿਪੀਲ ਕਰ ਰਹੇ ਹਾਂ, ਕੀ ਚਾਹੁੰਦੇ ਹੋ ਇਨਵਾਈਟ ਵਿੱਚ ਤੁਸੀਂ? ਨਹੀਂ, ਉਹ ਉਹਨਾਂ ਨੇ ਸੋਚਣਾ ਕੀ ਭੇਜਣਗੇ, ਫਿਰ ਉਹਦੇ ਹੀ ਕਮੈਂਟ ਕਰਾਂਗੇ ਨਾ। ਅਸੀਂ ਤਾਂ ਕਹਿੰਦੇ ਹਾਂ ਵੀ ਰਿਪੀਲ ਕਰੋ, ਇਹ ਕਹੂੰ ਜਿਹੜੇ ਕਾਨੂੰਨ ਨੇ ਅਤੇ ਉਹ ਕਰਨਗੇ ਫਿਰ ਉਹਦੇ ਬਾਅਦ। ਸਾਡੇ ਜ਼ਰੀਏ ਸਾਨੂੰ ਦੱਸ ਦਿਓ ਨਾ ਸਰਕਾਰ ਤੋਂ ਤੁਸੀਂ ਕੀ ਡਿਮਾਂਡ ਕਰਦੇ ਹੋ, ਸਰਕਾਰ ਤੁਹਾਨੂੰ ਕੀ ਲਿਖ ਕੇ ਦੇਵੇ? ਸਰਕਾਰ ਕਹੇ ਵੀ ਅਸੀਂ ਰਿਪੀਲ ਕਰਨ ਲਈ ਤਿਆਰ ਹਾਂ, ਅਸੀਂ ਚਲੇ ਜਾਵਾਂਗੇ, ਅਸੀਂ ਹਾਰ ਪਾ ਦਾਂਗੇ ਉਹਨਾਂ ਦੇ ਗਲਾਂ 'ਚ। ਬਹੁਤ ਧੰਨਵਾਦ। ਇਹ ਸਰ ਬਲਵੀਰ ਸਿੰਘ ਰਾਜੇਵਾਲ ਜਿਨ੍ਹਾਂ ਨੇ ਸਾਫ਼ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਤੱਕ ਰਿਪੀਲ ਸ਼ਬਦ ਲਿਖ ਕੇ ਨਹੀਂ ਆਉਂਦਾ ਉਦੋਂ ਤੀਕਰ ਸਾਨੂੰ ਸਰਕਾਰ ਦੀ ਮਨਸ਼ਾ 'ਤੇ ਸ਼ੱਕ ਰਹੂਗਾ। ਜਿਹੜੀ ਇਹਨਾਂ ਨੇ ਕਿਹਾ ਕਿ ਅੱਜ ਮੀਟਿੰਗ ਕਿਉਂ ਬੁਲਾਈ ਗਈ, ਅੱਜ ਮੀਟਿੰਗ ਇਹ ਬੁਲਾਈ ਗਈ ਹੈ, ਇਸ ਕਰਕੇ ਬੁਲਾਈ ਗਈ ਹੈ ਕਿ ਪ੍ਰਬੰਧ ਦੇਖੇ ਜਾਣ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਚੱਲ ਰਿਹਾ ਅਤੇ ਹੋਰ ਜਿਹੜੇ ਅਗਲੇ ਇਹਨਾਂ ਦੇ ਫੈਸਲੇ ਹੈਗੇ ਉਹਨਾਂ ਬਾਰੇ ਕੀ ਗੱਲਬਾਤ ਕੀਤੀ ਜਾ ਰਹੀ ਹੈ, ਉਹਨਾਂ 'ਤੇ ਅੱਜ ਮੰਥਨ ਕੀਤਾ ਅਤੇ ਜਿਹੜੀ ਸਰਕਾਰ ਦੀ ਪ੍ਰੈਸ ਕਾਨਫਰੰਸ ਸੀ ਉਹਦੇ 'ਤੇ ਵੀ ਮੰਥਨ ਕੀਤਾ ਗਿਆ। ਹੋਰ ਆਗੂ ਨਾਲ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਵਕੀਲ ਇਸ ਵਕਤ ਪ੍ਰੇਮ ਸਿੰਘ ਪੰਗੂ ਮੌਜੂਦ ਹੈਗੇ ਆ। ਪੰਗੂ ਸਾਹਿਬ, ਇਹ ਬੈਠਕ ਜਿਹੜੀ ਤੁਸੀਂ ਕਰ ਰਹੇ ਹੋ ਇਹ ਸਿਰਫ ਇੱਕ ਵੈਸੇ ਹੀ ਰਸਮੀ ਤੌਰ 'ਤੇ ਬੈਠਕ ਸੀ ਵੀ ਹਾਂ ਵੀ ਹਲਚਲ ਹੁੰਦੀ ਰਹੇ ਜਾਂ ਇਹਦਾ ਕੋਈ ਮਕਸਦ ਵੀ ਹੈਗਾ? ਨਹੀਂ ਨਹੀਂ, ਰਸਮੀ ਤੌਰ 'ਤੇ ਕੋਈ ਬੈਠਕ ਹੁੰਦੀ ਨਹੀਂ, ਹਰ ਬੈਠਕ ਪਿਛਲੀ ਬੈਠਕ ਤੋਂ ਅੱਗੇ ਵੱਧਦੀ ਹੈ, ਉਹਦੇ ਵਿੱਚ ਕੋਈ ਨਵੀਂ ਰਣਨੀਤੀ ਤੈਅ ਹੁੰਦੀ ਹੈ। ਕੀ ਵਧੇ ਅੱਗੇ ਤੁਸੀਂ? ਅਸੀਂ ਸਰਕਾਰ ਦਾ ਵੀ ਦੇਖਦੇ ਹਾਂ, ਆਪਣਾ ਵੀ ਦੇਖਦੇ ਹਾਂ। ਨਵੀਂ ਰਣਨੀਤੀ ਹੈ ਵੀ ਪੰਜਾਬ ਤੋਂ ਬਾਹਰ ਦੇਸ਼ ਦੇ ਵਿੱਚ ਅੰਦੋਲਨ ਫੈਲਾਉਣਾ ਹੈ। ਕਿੰਨੇ ਪ੍ਰੋਗਰਾਮ ਅਸੀਂ ਬਣਾਏ ਆ, ਜਿਹੜਾ ਦਿੱਲੀ ਜੈਪੁਰ ਹਾਈਵੇ 12 ਤਰੀਕ ਤੋਂ ਇਨਡੈਫੀਨਿਟਲੀ ਬੰਦ ਹੋ ਜਾਏਗਾ, ਸਾਰੇ ਦੇਸ਼ ਦੇ ਵੀ ਜਿਹੜੇ ਬੀਜੇਪੀ ਦੇ ਦਫ਼ਤਰ ਜਾਂ ਬੀਜੇਪੀ ਦੇ ਲੀਡਰ ਦੇ ਘਰਾਓ ਸ਼ੁਰੂ ਹੋ ਜਾਣਗੇ। ਰਿਲਾਇੰਸ ਦਾ ਜੀਓ ਹੈ ਜਾਂ ਰਿਲਾਇੰਸ ਦੇ ਜਿਹੜੇ ਕਾਰੋਬਾਰ ਨੇ, ਪਹਿਲਾਂ ਤਾਂ ਕਿਉਂਕਿ ਪੰਜਾਬ ਦੇ ਹੀ ਸੀਮਤ ਸੀ ਨਾ, ਹੁਣ ਅਸੀਂ ਇੰਡੀਆ ਲੈਵਲ 'ਤੇ ਤੈਅ ਕਰ ਲਿਆ ਵੀ ਉਹਨਾਂ ਨੂੰ ਸਾਰਿਆਂ ਨੂੰ ਹਿੱਟ ਕਰਨਾ, ਉਹਨਾਂ ਦੇ ਘਰਾਓ ਕਰਨੇ, ਧਰਨੇ ਕਰਨੇ ਨੂੰ ਦੇਖ ਕੇ। ਇਹ ਬਹੁਤ ਵੱਡਾ ਪ੍ਰੋਗਰਾਮ ਹੈ ਇਹ। ਉਹ ਨਹੀਂ ਲੱਗਦਾ ਪਿਆ ਕਿ ਐਂਟੀ ਬੀਜੇਪੀ ਇੱਕ ਮੂਵਮੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਨਾਟ ਓਨਲੀ ਐਂਟੀ ਬੀਜੇਪੀ, ਕਿਉਂਕਿ ਬੀਜੇਪੀ ਨੇ ਕਾਨੂੰਨ ਬਣਾਏ ਹੈ, ਜਿਹੜਾ ਕਾਨੂੰਨ ਬਣਾਏਗਾ ਉਸਦੇ ਖਿਲਾਫ ਹੋਏਗਾ। ਕਾਨੂੰਨ ਸਰਕਾਰ ਬਣਾਉਣ ਦੀ ਤਾਂ ਕਾਂਗਰਸ ਖਿਲਾਫ ਹੋ ਜਾਂਦਾ, ਕਾਂਗਰਸ ਬਣਾਉਂਦੀ ਜੇ, ਠੀਕ ਹੈ ਨਾ। ਹੁਣ ਬੀਜੇਪੀ ਨੇ ਕਾਨੂੰਨ ਬਣਾਇਆ, ਬੀਜੇਪੀ ਅੜੀ ਹੋਈ ਹੈ ਵੀ ਉਹਨਾਂ ਨੂੰ ਅਸੀਂ ਵਾਪਸ ਲੈਣਾ ਨਹੀਂ। ਇਸ ਲਈ ਸਾਰਾ ਦੇਸ਼ ਦਾ ਵਾਤਾਵਰਣ ਉਹਨਾਂ ਦੇ ਖਿਲਾਫ ਹੈ, ਹੁਣ ਸਾਰੇ ਦੇਸ਼ ਦੀਆਂ ਅਪੋਜੀਸ਼ਨ ਪਾਰਟੀਜ਼, ਸਾਡਾ ਦੇਸ਼, ਬਾਹਰਲੇ ਦੇਸ਼, ਉਹ ਸਾਰੇ ਇਹਨਾਂ ਦੇ ਖਿਲਾਫ ਨੇ। ਇੰਨੇ ਮਾੜੇ ਕਾਨੂੰਨ ਬਣਾਏ ਜੋ, ਇਸ ਲਈ ਉਹਨਾਂ ਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈ। ਇਹ ਇਸ ਲਈ ਜੇ ਪੰਜਾਬ ਵਿੱਚ ਤੁਸੀਂ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦੇਣੇ ਆ, ਇਹਦਾ ਮਤਲਬ ਕੀ ਸਮਝ ਜਾਵੇ? ਜਿਹੜੀ ਪੰਜਾਬ ਸਰਕਾਰ ਆ ਉਹਦੇ ਖਿਲਾਫ ਵੀ ਹੋ ਤੁਸੀਂ ਅਤੇ ਕੇਂਦਰ ਸਰਕਾਰ ਉਹਦੇ ਖਿਲਾਫ ਵੀ ਹੋ ਤੁਸੀਂ, ਇਹ ਮੰਨ ਕੇ ਚੱਲੀਏ? ਦੇਖੋ, ਡੀਸੀ ਦਫ਼ਤਰਾਂ ਕੋਲ ਸਾਡਾ ਇੱਕ ਪੰਜਾਬ ਦੇ ਵਿੱਚ, ਕਿਉਂਕਿ ਅੰਦੋਲਨ ਤਾਂ ਚੱਲ ਹੀ ਰਿਹਾ, ਹੁਣ ਮੇਨ ਅੰਦੋਲਨ ਸ਼ਿਫਟ ਹੋ ਗਿਆ ਇੱਥੇ ਦਿੱਲੀ, ਪਰ ਉਸਦੀ ਕੰਟੀਨਿਊਟੀ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਟੋਲ ਪਲਾਜ਼ੇ ਵੀ ਹੈ, ਸਾਡੇ ਦੂਜੇ ਵੀ ਉਹ ਰੈਗੂਲਰ ਚੱਲ ਰਹੇ ਆ। ਹੁਣ ਇਸ ਨੂੰ ਅਸੀਂ ਡੀਸੀ ਦਫ਼ਤਰਾਂ ਸਾਹਮਣੇ, ਕਿਉਂਕਿ ਡੀਸੀ ਆ ਜਿਹੜੇ ਉਹ ਚਾਹੇ ਪੰਜਾਬ ਦੇ ਵਿੱਚ ਨੇ, ਪਰ ਉਹਦਾ UPSC ਰਾਹੀਂ ਹੁੰਦੇ ਨਾ, ਤਾਂ ਆਵਾਜ਼ ਸੈਂਟਰ ਨੂੰ ਜਾਂਦੀ ਹੈ ਸਿੱਧੀ, ਜਿਹੜੇ ਧਰਨੇ ਉਹਨਾਂ ਕੋਲ ਜਾਣੇ, ਅਸੀਂ ਕੋਈ ਮੈਮੋਰੈਂਡਮ ਨਹੀਂ ਦੇਣਾ, ਉਹਨਾਂ ਨੂੰ ਕਨਵੇ ਕਰਨਾ ਹੈ ਤਾਂ ਕਿ ਸੈਂਟਰ ਤੱਕ ਆਵਾਜ਼ ਪਹੁੰਚੇ ਵੀ ਸਾਰੇ ਪੰਜਾਬ ਦੇ ਜ਼ਿਲ੍ਹੇ ਕੇਂਦਰਾਂ ਦੇ ਉੱਪਰ ਕਿਸਾਨ, ਇਹ ਨਹੀਂ ਵੀ ਪੰਜਾਬ ਤੋਂ ਸ਼ਿਫਟ ਹੋ ਕੇ ਇੱਥੇ ਆ ਗਏ, ਕਿਸਾਨ ਪੰਜਾਬ 'ਚ ਵੀ ਉਸ ਤਰ੍ਹਾਂ ਹੀ ਲੜ ਰਹੇ ਆ, ਜਿੱਥੇ ਜਿੱਥੇ ਸਾਡੇ ਚੱਲਦੀਆਂ ਸੀ ਸਾਰੀਆਂ ਚੱਲਦੀਆਂ ਨੇ। ਡੀਸੀ ਕੇਂਦਰਾਂ 'ਤੇ ਧਰਨੇ ਦੇ ਕੇ ਵੀ ਸਪਸ਼ਟ ਕਰਾਂਗੇ ਵੀ ਲੋਕ ਲੜ ਰਹੇ ਨੇ, ਡੀਸੀਆਂ ਰਾਹੀਂ ਫਿਰ ਆਵਾਜ਼ ਦਿੱਤੀ ਹੈ ਕਿ ਉਹਨਾਂ ਨੂੰ ਅਮੈਂਡਮੈਂਟ ਕੋਈ ਵੀ ਐਕਸੈਪਟੇਬਲ ਨਹੀਂ ਜੋ ਸਰਕਾਰ ਨੇ ਕੀਤੀ ਹੈ, ਜੋ ਵਾਰ ਵਾਰ ਕਹੀ ਜਾ ਰਹੇ ਹਨ, ਕਾਨੂੰਨ ਮੁਕੰਮਲ ਰੱਦ ਹੋਣੇ ਚਾਹੀਦੇ ਆ, ਇਹ ਮੈਸੇਜ ਦੇਣ ਲਈ ਅਸੀਂ ਕੀਤਾ ਧਰਨੇ ਸਾਰੇ ਜਿਹੜੇ। ਸੈਂਟਰ ਤੁਹਾਨੂੰ ਸੱਦ ਰਿਹਾ ਵੀ ਆ ਜਾਓ ਗੱਲਬਾਤ ਕਰੀਏ? ਕੋਈ ਸੱਦਾ ਨਹੀਂ ਐਸਾ ਆਇਆ ਹੈ, ਐਸਾ ਕੋਈ ਸੱਦਾ ਨਹੀਂ ਆਇਆ। ਉਹ ਤਾਂ ਦਰਵਾਜ਼ਾ ਖੁੱਲ੍ਹੇ ਸਾਡੇ, ਵੈਸੇ ਹੀ ਕਹੀ ਜਾਂਦੇ ਨਾ, ਕੋਈ ਆਉਣ ਦਿਓ, ਕੋਈ ਕੰਕਰੀਟ ਪ੍ਰਪੋਜ਼ਲ, ਕੋਈ ਰਿਟਨ ਆਵੇ ਤਾਂ ਹੀ ਅਸੀਂ ਕੰਸੀਡਰ ਕਰਾਂਗੇ ਨਾ। ਅੱਜ ਤਾਂ ਦੇਖੋ, ਅੱਜ ਪ੍ਰੈਸ ਕਾਨਫਰੰਸ ਦਾ ਉਹਨਾਂ ਇਹ ਕਿਹਾ, ਜਿਹੜਾ ਕਿ ਅਸੀਂ ਕੰਡੈਮ ਕਰਦੇ ਹਾਂ, ਅਨਫਾਰਚੂਨੇਟ ਹੈ, ਉਹ ਕਹਿੰਦੇ ਵੀ ਅਸੀਂ ਤਾਂ ਕਿਸਾਨਾਂ ਲਈ ਸੋਧਾਂ ਕਰਤੀਆਂ, ਉਹਨਾਂ ਨੂੰ ਬਣਾ ਕੇ ਭੇਜਤਾ, ਉਹ ਇਹਨੂੰ ਮਨਜ਼ੂਰ ਨਹੀਂ ਕਰਦੇ, ਉਹ ਕਹਿੰਦੇ ਇਸ ਨੂੰ ਰੱਦ ਕਰੋ, ਰੱਦ ਅਸੀਂ ਕਰਨੇ ਨਹੀਂ ਹੈ, ਇਸ ਲਈ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਨੇ। ਇਹ ਸਾਰਾ ਵਰਬਲ ਹੈ, ਇਹ ਵਰਬਲ ਹੈ, ਜਦ ਤੱਕ ਕੋਈ ਰਿਟਨ ਪ੍ਰਪੋਜ਼ਲ ਜਾਂ ਰਿਟਨ ਇਨਵੀਟੇਸ਼ਨ ਆਉਂਦਾ ਨਹੀਂ, ਉਹ ਵੀ ਇਸ ਤੋਂ ਅੱਗੇ ਹੋਵੇ। ਹੁਣ ਜਿੰਨੀ ਗੱਲ ਹੋ ਚੁੱਕੀ ਇਸ ਦੇ ਉੱਪਰ ਥੋੜ੍ਹਾ ਗੱਲਬਾਤ ਹੋਣੀ ਹੈ। ਹੁਣ ਕੀ ਹੈ, ਤੁਸੀਂ ਬੜੇ ਸਿਆਣੇ ਹੋ ਪੰਗੂ ਸਾਹਿਬ, ਹੁਣ ਸਰਕਾਰ ਇਹ ਲਿਖ ਕੇ ਤਾਂ ਦਊਗੀ ਨਹੀਂ ਤੁਹਾਨੂੰ ਕਿ ਖੇਤੀ ਨੂੰ ਰੱਦ ਕਰ ਰਹੇ ਹਾਂ ਤਿੰਨੇ, ਤੁਸੀਂ ਆਇਓ ਹੀ ਬੈਠਕ ਕਰੀਏ, ਤੁਸੀਂ ਚਾਹੁੰਦੇ ਕਿਉਂ ਸੱਦੇ ਦੇ ਵਿੱਚ ਲਿਖਿਆ ਕੀ ਆਵੇ? ਉਹ ਆਵੇ ਵੀ ਇਹਨਾਂ ਦੇ ਉੱਪਰ ਦੁਬਾਰਾ ਅਸੀਂ ਵਿਚਾਰ ਕਰ ਰਹੇ ਹਾਂ ਪ੍ਰਪੋਜ਼ਲ ਤੋਂ ਬਾਅਦ। ਦੇਖੋ, ਪਹਿਲਾਂ ਦਾ ਵਿਚਾਰ ਕੀਤਾ ਵੀ ਕੀ ਹੈ, ਪਹਿਲਾਂ ਦਾ ਕੀਤਾ ਵੀ ਕਾਨੂੰਨ ਠੀਕ ਨੇ ਕਿ ਗਲਤ ਨੇ, ਜੋ ਪਹਿਲਾਂ ਕਈ ਵਾਰ ਆਪਣੀ ਗੱਲ ਹੋਈ ਉਸ 'ਤੇ ਉਹ ਮੰਨਗੇ ਵੀ ਕਾਨੂੰਨਾਂ ਦੇ ਵਿੱਚ ਕਮਜ਼ੋਰੀਆਂ ਇਹ ਕੁਝ ਗਲਤ ਬਣ ਗਏ, ਠੀਕ ਹੈ, ਉਹਨਾਂ ਦੇ ਉੱਪਰੋਂ ਅਮੈਂਡਮੈਂਟਸ ਲਿਆਏ, ਅਮੈਂਡਮੈਂਟ ਸਾਨੂੰ ਮਨਜ਼ੂਰ ਨੇ, ਅਸੀਂ ਰੱਦ ਕਰਤੀਆਂ। ਹੁਣ ਜਦ ਦੁਬਾਰਾ ਬੁਲਾਉਣਗੇ ਤਾਂ ਅਮੈਂਡਮੈਂਟਸ ਨਹੀਂ ਥੋੜ੍ਹਾ ਬਣਾਉਣਗੇ, ਉਹਦਾ ਮੈਸੇਜ ਬੜਾ ਸਾਫ਼ ਹੈ, ਦੁਬਾਰਾ ਬੁਲਾਉਣਗੇ ਗੱਲਬਾਤ ਉਸ ਤੋਂ ਅੱਗੇ ਜਾਏਗੀ ਕਿ ਸਰਕਾਰ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਹੈ ਵੀ ਲੋਕਾਂ ਦਾ ਐਡਾ ਵੱਡਾ ਰੋਸ ਹੈ, ਐਡੀ ਵੱਡੀ ਵਾਈਡ ਸਪਰੈਡ ਰਿਜੈਂਟਮੈਂਟ ਹੈ ਦੇਸ਼ ਦੇ ਅੰਦਰ, ਇਸ ਲਈ ਕਿਤੇ ਨਾ ਕਿਤੇ ਸਰਕਾਰ
दैट्स ऑल, यही तरीका है, और कोई तरीका नहीं। ये मिडल नहीं, ये तो वन वे है। नहीं नहीं, वन वे नहीं है। पार्लीमेंट ने कानून बनाए ने, देखो मैं कहना भी जो अमेंडमेंट्स भी कीतियां ने ना, तो अमेंडमेंट्स भी कैबिनेट या अमित शाह जी मोदी जी भी बन, वह अमेंडमेंट्स ये नहीं भी उही कर देंगे। अमेंडमेंट्स पार्लीमेंट ने कानून बनाया है तो पार्लीमेंट से भी जाके अमेंडमेंट अप्रूव होनी है। मेरा सवाल है क्या मिडल पाथ, मिडल पाथ का मतलब यह होंगे जो कानून रद्द करा लो, एक कानून के अमेंडमेंट कर लो, जो कि डेट थोड़ी मान लिया डेट डेट सरकार की मनी जाए, मिडल पाथ की है मैं समझना चाह रहा सर। देखो अजे तो कोई आई नहीं ना गल, अजे तो कोई आई नहीं गल। मिडल पाथ तो यह है ना भी वह कहें भी तुम रपील शब्द है, कोई होर शब्द है कर दें, भी कोई होर शब्द वरतो, ये शब्द क्या भी गवर्नमेंट तुम आप वरतो। खुल के बोलो ना, खुल के बोलो, लीगल चंगी तरह जानते हो, रपील शब्द की थां कोई होर शब्द है सरकार को पसंद आ जाए तो तुहाडा काम ही हो जाए। असीं कहिंदे विड्रा कर लो, सैटिसाइड कर दिओ, बड़े शब्द ने, ये शब्द पिछे कम नहीं अड़िया। साडा मतलब भी कानून रद्द होने चाहिए ने, हाँ कोई कर दिओ उन्होंने अनलमेंट कर दिओ, सैटिसाइड कर दिओ, विड्रा कर लो, सारे कानून विड्रा होंदे रहे पिछे, ऐसी कोई दिक्कत नहीं है, शब्दों कोई दिक्कत नहीं है। सवाल तो अभी स्पिरिट हो रहे नहीं चाहिए भी कानून है जो रद्द हो जाए, तुम शब्द जो मर्जी वरतो, इसलिए सरकार ने सोचना है। साडा तो केस बड़ा साफ है, ठीक है। बहुत धन्यवाद पंगू साहब। पंगू साहब कह रहे थे कि साडा केस साफ है, शब्दों की दिक्कत नहीं हैगी, दिक्कत यह हैगी गलबात अगे किवें तुरेगी। गलबात वो आपकी गलते अड़े हुए हैं कि खेती को रद्द हो, उस तो बाद ही सारा कुछ है जोड़ा वो स्पष्ट किया जाएगा। पर जिहड़ा सद्दा है सद्दे विच भी ये लिखत चाहते हैं कि सानू सद्दा किस लिए भेजा जा रहा है, उसका इंतजार किया जा रहा है। कुछ होर आगू नाल भी गलबात करांगे। इस वक्त साडे नाल जगजीत सिंह डलेवाल मौजूद है कि डलेवाल साहब, मैं तुहाडे बाकी लीडरां नूं भी सवाल कर रहा सीगा, डलेवाल साहब कोई हल निकलता दिखाई दे रहा, लोग इंतजार कर रहे हैं भी सानू साडे लीडर कुछ आके दसन, असी उस तरीके नाल इस मौके दे उत्ते आपदी प्रतिक्रम भी दईए। वो कहिंदे भी साडे लीडर जो दसणगे असी उही करना। लीडर तुसी बतौर लीडर उन्होंने लोगों को की कहना चाहते हो जो तुहाडे नाल इत्थे सारे अंदोलन में शामिल है? साडे असी जिहड़ा अंदोलन लड़ रहे हैं ना, लोगों की भावना अनुसार लड़ रहे हैं। लोगों की जिहड़ी दिली भावना है, लोगों की जिहड़ी दिल की भावना वो ये है कि हर हाल के जिहड़े कानून है ये रिपील होने चाहिए, रद्द होने चाहिए ने। और इस भावना के उत्ते चलदे सरकार जिन्ना चिर हजे इस गल ते आ नहीं रही, असी लोगों विचारां दे विच की गल रखीए? साडी साफ गल रोज़ असी दसदे हां, अज मैं फिर मतलब स्टेज तो जाके बोल के दस के आया कि सरकार की जिहड़ी भावना वो कि इन्हां नूं कानूनां नूं दे विच सोधा करन दी है। और सोधा दे मामले दे विच भी बहुत सारियां गल्लां इहो जिहियां जिवें ये कह रहे हैं कि असी लिखती दे विच तुहानूं एम एस पी की गरंटी दें। देखो लिखती गरंटियां देनिया मतलब एक बहुत छोटी जी गल है, क्यों नहीं सरकार ये ते कानून बना दें कि ये एम एस पी की गरंटी का कानून बनेगा और जिहड़ी एम एस पी रहेगी और उहदे ते खरीदन की गरंटी होएगी, और चाहे सरकार खरीदे चाहे प्राइवेट खरीदे, जो कि प्राइवेट उदू घट खरीदूगा तो उसके खिलाफ कार्रवाई होगी। नहीं तुम डलेवाल जी गल कह रहे हो कि एम एस पी का एक लाभ बनना चाहिए, एक चर्चा भी चलती पी है कि जे एम एस पी का लाभ बनता तो जी राशि मिलती सी सी एल जी मिलती है वो पंजाब का नुकसान हो सकता, तुम इस इतफाक रखते हो? देखो नुकसान नुकसान इन्होंने गलों नाल नहीं है, अगर इनू कानून ठीक ढंग सरकार इंप्लीमेंट करे तो साडा मानवा जिस 1888 रुपये मतलब झोने का रेट फिता हो गया, साडा सी सी एल के थ्रू सरकार खरीद ले, साडा प्राइवेट खरीद ले, साडा तो 1888 भी विकना है ना, सानू की नुकसान है, पंजाब के लोगों को की नुकसान है? कोई नुकसान नहीं। ये गल एक भरम फैलाने वाली गल है कि सरकार होरना स्टेटा के वंडूगी, तो जो होरना स्टेटा के वंडियागा तो पंजाब में हिस्सा सी सी एल का थोड़ा आऊगा। मैं कहना जो सी सी एल का पंजाब थोड़ा हिस्सा होगा, थोड़ी खरीदी जाऊ सी सी एल के राही, तो प्राइवेट जो खरीदूगा प्राइवेट उदू घट रेट से ना खरीद सके, जे घट रेट से खरीदूगा तो वो खिलाफ़ कार्रवाई हो, तो ऐटोमैटिक मतलब जो फसल है साड़ी 1888 MSP। जी गल कह रहे हो कि भ्रम फैलाया जा रहा है, ये सवाल ये उठ रहा है कि जे जो पब्लिक डिस्ट्रीब्यूशन सिस्टम है जो उन्होंने सरकार ने जिस तरीके चलाना वो पूरे देश के बाकी हिस्सों में भी फसल चुकनी शुरू करेगा उस तरीके, तो पंजाब का हिस्सा घटता जाऊगा, यह सवाल ये उठता पटले वास्तव। तुम बहुत पढ़े लिखे हो, मैं थोड़ा जहा समझा दो। देखो मैं ये बेनती करता हाँ, फसल न फसल कद कद रुलती वेखी है, फसल जिनी च पैदा करने की लड़ है वो जिनी लोगों जनता को खाने की लड़ है ना, वो हजे फसल भारत के अंदर पूरी वाधू पूरी नहीं हो सकती, सरकार की वक्री गल है। अज बहुत सारा हिस्सा लगभग 10-15% हिस्सा साड़ी आबादी का जोड़ा वो लोग ने जोड़े एक टाइम तो रोटी खा रहे हैं, जोड़े जोड़े दो टाइम तीन टाइम रोटी नहीं खाते। अगर सारा देश दोनों टाइम रोटी खावे ना तो मैं लगता 40% पब्लिक साढ़े देश की भुखी पेगी,
ਇਹ ਹਾਲ ਆ ਹਜੇ ਵੀ ਸਾਡੇ ਦੇਸ਼ ਦਾ ਇਹ ਤਾਂ ਇੱਕ ਨਜਾਇਜ਼ ਗੱਲਾਂ ਨੇ ਨਾ ਲੋਕਾਂ ਦੀਆਂ ਜਿਹੜੀਆਂ ਕਰ ਰਹੇ ਨੇ ਡੱਲੇਵਾਲ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਾਡਾ ਦੇਸ਼ ਸਾਡੇ ਦੇਸ਼ ਦੇ ਲੋਕ ਆ ਹਜੇ ਵੀ ਭੁੱਖੇ ਸੁਣਦੇ ਆ ਉਹ ਉਹਦਾ ਜਿਹੜਾ ਹੰਗਰ ਇੰਡੈਕਸ ਹੁੰਦਾ ਉਹਦੇ ਵਿੱਚ ਵੀ ਇਹ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਸਾਡੇ ਸਾਹਮਣੇ ਅੰਕੜੇ ਆਉਂਦੇ ਆ ਡੱਲੇਵਾਲ ਜੀ ਸਰਕਾਰ ਜਦੋਂ ਕਹਿੰਦੀ ਆ 3 ਸਾਲ ਦਾ ਸਾਡੇ ਕੋਲ ਸਰਪਲਸ ਪਿਆ ਜਦੋਂ ਸਰਕਾਰ ਇਹ ਕਹਿੰਦੀ ਹੈ ਕਿ PDS ਆ ਜਿਹੜਾ ਉਸਨੂੰ ਮਜ਼ਬੂਤ ਰੱਖਿਆ ਜਾਊਗਾ ਤਾਂ ਸਰ ਸਰਕਾਰ ਦੀ ਉਹ ਦਲੀਲ ਹੈ ਉਹ ਤੁਸੀਂ ਉਸਨੂੰ ਖਾਰਜ ਕਰ ਰਹੇ ਹੋ ਮੈਂ ਇਹ ਕਹਾਂਗਾ ਕਿ ਜੇ ਸਰਕਾਰ ਕੋਲ 3 ਸਾਲ ਦਾ ਸਰਪਲਸ ਪਿਆ ਹੈ ਕਿਉਂ ਨਹੀਂ ਸਰਕਾਰ ਉਹਨਾਂ ਲੋਕਾਂ ਦੇ ਵਿੱਚ ਲੈ ਕੇ ਜਾਂਦੀ ਜਿਨ੍ਹਾਂ ਲੋਕਾਂ ਨੂੰ ਲੋੜ ਹੈ ਲੋੜਵੰਦ ਜਿਹੜੇ ਅੱਜ ਭੁੱਖੇ ਬੈਠੇ ਨੇ ਵਿਚਾਰੇ ਭਿਖਾਰੀ ਬਣ ਕੇ ਰੋਟੀ ਮੰਗ ਮੰਗ ਕੇ ਖਾ ਰਹੇ ਨੇ ਸੜਕਾਂ 'ਤੇ ਰੁਲਦੇ ਫਿਰਦੇ ਨੇ ਉਹਨਾਂ ਨੂੰ ਰੋਟੀ ਦੇਤੀ ਸਰਕਾਰ ਨੇ ਕੀ ਫੂਡ ਸਿਕਿਉਰਿਟੀ ਐਕਟ ਦੇ ਅੰਦਰ ਸਿਕਿਉਰਿਟੀ ਐਕਟ ਦੇ ਅੰਡਰ ਉਹ ਬੰਦਿਆਂ ਨੂੰ ਦਾ ਢਿੱਡ ਭਰਤਾ ਸਰਕਾਰ ਨੇ ਜ਼ਿੰਮੇਵਾਰੀ ਬਣਦੀ ਹੈ ਨਾ ਸਰਕਾਰ ਦੀ ਹਰ ਇੱਕ ਨਾਗਰਿਕ ਨੂੰ ਰੋਟੀ ਦੇਵੇ ਹਰ ਇੱਕ ਨਾਗਰਿਕ ਤੱਕ ਅਨਾਜ ਦੀ ਪਹੁੰਚ ਹੋਵੇ ਔਰ ਜੇ ਉਹ ਪਹੁੰਚ ਨਹੀਂ ਹੋ ਰਹੀ ਇੱਕ ਹਿੱਸੇ ਤੱਕ ਤਾਂ ਸਰਕਾਰ ਇੱਦਾਂ ਇੱਥੇ ਆਪਣੇ ਆਪ ਦੇ ਵਿੱਚ ਇਹ ਕਹਾਂਗੇ ਕਿ ਫੇਲੀਅਰ ਹੈ ਸਰਕਾਰ ਚਾਹੁੰਦੀ ਹੈ ਕਿ ਇਹ ਇੱਕ ਬਣਾ ਕੇ ਵਾਧੂ ਸਟੋਰ ਦਾ ਇੱਕ ਡਰਾਮਾ ਬਣਾ ਕੇ ਅਨਾਜ ਨੂੰ ਖਰੀਦਣ ਤੋਂ ਭੱਜ ਕੇ ਸਰਕਾਰ ਦੀ ਹਕੀਕਤ ਇਹ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਇੱਥੇ ਪ੍ਰਾਈਵੇਟ ਪਲੇਅਰਸ ਦੇ ਵਿੱਚ ਦੇ ਹੱਥਾਂ ਦੇ ਵਿੱਚ ਐਗਰੀਕਲਚਰ ਦਾ ਔਰ ਖਰੀਦ ਦਾ ਤੁਹਾਡਾ ਸਾਰਾ ਉਹਨਾਂ ਦੇ ਹੱਥੇ ਦਿੱਤਾ ਜਾ ਸਕਦਾ ਤੁਹਾਨੂੰ ਲੱਗਦਾ ਕਿ ਇਹ ਲਾਅ ਬਣ ਦੇ ਨਾਲ ਜਾਂ ਇਹ ਲਾਅ ਇੰਪਲੀਮੈਂਟ ਹੋਣ ਦੇ ਨਾਲ ਲਾਅ ਤਾਂ ਬਣ ਚੁੱਕਿਆ ਤੁਸੀਂ ਰੱਦ ਕਰਨ ਦੀ ਮੰਗ ਕਰਦੇ ਪਿਓ ਜੇ ਇੰਪਲੀਮੈਂਟ ਹੁੰਦੇ ਆ ਤੁਹਾਨੂੰ ਲੱਗਦਾ ਕਿ PDS ਹੈ ਜਿਹੜਾ ਉਹ ਕਰੈਕ ਕਰ ਜੂਗਾ 100% ਕਰੇਗਾ ਦੇਖੋ ਇਹ ਤੁਸੀਂ ਮੈਨੂੰ ਐਂ ਦੱਸੋ ਅਗਰ ਇਹ ਲਾਅ ਬਣ ਜਾਂਦਾ ਹੈ ਇਹ ਲਾਅ ਇੰਪਲੀਮੈਂਟ ਹੋ ਜਾਂਦਾ ਹੈ ਦਿਮਾਗ ਨਾਲ ਸੋਚ ਕੇ ਦੇਖੋ ਤੁਸੀਂ ਹਰ ਆਦਮੀ ਅਨਾਜ ਕਿੱਥੇ ਵੇਚੇਗਾ ਪ੍ਰਾਈਵੇਟ ਸਟਾਰਟਿੰਗ ਦੇ ਵਿੱਚ ਪਹਿਲੇ 2 ਸਾਲਾਂ ਦੇ ਵਿੱਚ ਪਹਿਲੇ ਦੋ ਕਿਉਂਕਿ ਜਦੋਂ ਇਹਨਾਂ ਨੇ ਪ੍ਰਾਈਵੇਟ ਪਲੇਅਰ ਆ ਜਿਹੜਾ ਪ੍ਰਾਈਵੇਟ ਪਲੇਅਰ ਨੇ ਉਸ ਫਸਲ ਨੂੰ ਕਿਸ ਹਿਸਾਬ ਨਾਲ ਖਰੀਦਣਾ ਜਿਹੜਾ ਇਹਨਾਂ ਨੂੰ ਮਾਰਕੀਟ ਫੀਸ ਦੇ ਵਿੱਚੋਂ 165 ਰੁਪਈਏ ਮਾਰਕੀਟ ਫੀਸ ਦੇ ਵਿੱਚੋਂ ਪ੍ਰਾਈਵੇਟ ਪਲੇਅਰ ਨੂੰ ਬਚਣੇ ਆ ਔਰ ਉਹ ਪ੍ਰਾਈਵੇਟ ਪਲੇਅਰ ਆ 165 ਰੁਪਈਆਂ ਦੇ ਵਿੱਚੋਂ 100 ਆਪਦੀ ਜੇਬ 'ਚ ਪਾਵੇ ਅਤੇ ਸਿਰਫ 50-65 ਰੁਪਈਏ ਮਤਲਬ ਕਿਸਾਨ ਦੀ ਜੇਬ 'ਚ ਪਾ ਦੂਗਾ ਨਾ ਤਾਂ ਕਿਸਾਨ ਮੇਰਾ ਖਿਆਲ ਹੈ ਸਰਕਾਰੀ ਖਰੀਦ ਏਜੰਸੀਆਂ ਦੇ ਕੋਲ ਬਿਲਕੁਲ ਦਾਣੇ ਨਹੀਂ ਵੇਚੂਗਾ ਅਨਾਜ ਨਹੀਂ ਵੇਚੂਗਾ ਉਹ ਪ੍ਰਾਈਵੇਟ ਨੂੰ ਵੇਚੂਗਾ ਕਿਉਂਕਿ ਉਹਨੂੰ 65 ਰੁਪਈਏ ਜ਼ਿਆਦਾ ਮਿਲ ਰਹੇ ਨੇ ਜਦੋਂ 2 ਸਾਲ ਪ੍ਰਾਈਵੇਟ ਨੂੰ ਅਨਾਜ ਵਿਕਿਆ ਜਦੋਂ ਮੰਡੀ 'ਚ ਅਨਾਜ ਹੀ ਨਾ ਗਿਆ ਤਾਂ ਸਰਕਾਰ ਕਿੱਥੋਂ ਖਰੀਦੂਗੀ ਅਨਾਜ ਕਿੱਥੋਂ ਲੈ ਕੇ ਦੇਊਗੀ ਮਤਲਬ ਉਹਨਾਂ ਨੂੰ ਵਿਚਾਰੇ ਮਜ਼ਦੂਰਾਂ ਨੂੰ ਜਿਹੜੇ ਅਨਾਜ ਤੋਂ ਮਤਲਬ ਬਗੈਰ ਭੁੱਖੇ ਬੈਠੇ ਨੇ ਤਾਂ ਇਹ ਤਾਂ ਕਲੀਅਰ ਆ ਗੱਲ ਅਗਲੀ ਗੱਲ ਇੱਕ ਹੋਰ ਦੇਖੋ ਤੁਸੀਂ ਹੌਲੀ ਹੌਲੀ ਥੋੜ੍ਹੇ ਸਮੇਂ ਦੇ ਬਾਅਦ ਅਨਾਜ ਦੇ ਰੇਟ ਡਿੱਗਣਗੇ ਜਦੋਂ ਇਹ ਕੁਛ ਸਮੇਂ ਬਾਅਦ ਮੰਡੀ ਦੇ ਵਿੱਚ ਕੋਈ ਅਨਾਜ ਨਾ ਵਿਕਿਆ ਕੁਛ ਸਮੇਂ ਦੇ ਬਾਅਦ ਸਾਡੀ ਆਪਣੇ FCI ਨੇ ਕੋਈ ਅਨਾਜ ਨਾ ਖਰੀਦਿਆ ਜਦੋਂ FCI ਨੇ ਵੀ ਕੋਈ ਅਨਾਜ ਨਾ ਖਰੀਦਿਆ ਮੰਡੀ ਦੇ ਰਾਹੀਂ ਥਰੂ ਕੋਈ ਅਨਾਜ ਨਾ ਵਿਕਿਆ ਕੀ ਖਿਆਲ ਨਹੀਂ ਤੁਹਾਨੂੰ ਲੱਗਦਾ ਵੀ ਮੰਡੀ FCI ਦੋਨੇ ਚੀਜ਼ਾਂ ਟੁੱਟ ਜਾਣਗੀਆਂ ਜਦੋਂ ਦੋਨੇ 'ਚ ਚੀਜ਼ਾਂ ਖਤਮ ਹੋ ਗਈਆਂ ਉਸ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਨਹੀਂ ਗਾ ਵੀ ਸਾਡੇ ਭਾਰਤ ਦੇ ਬਾਕੀਆਂ ਮੰਡੀਆਂ ਦਾ ਵੀ ਬਿਹਾਰ ਵਾਲਾ ਹਾਲ ਹੋਏਗਾ ਅੱਜ ਬਿਹਾਰ ਦੇ ਵਿੱਚੋਂ ਕਿਉਂ 1000 ਰੁਪਈਏ ਨੂੰ ਅਨਾਜ ਖਰੀਦ ਕੇ ਪੰਜਾਬ ਦੇ ਵਿੱਚ 1888 ਵਿਕ ਰਿਹਾ ਨਾ ਤੁਹਾਡੇ ਸਾਹਮਣੇ ਤਾਂ ਇਸ ਕਰਕੇ ਵਿਕ ਰਿਹਾ ਨਾ ਵੀ ਉੱਥੇ ਮੰਡੀ ਸਿਸਟਮ ਟੁੱਟ ਗਿਆ ਇੱਥੇ ਮੰਡੀ ਸਿਸਟਮ ਜਦੋਂ ਟੁੱਟੇਗਾ ਉਦੋਂ ਇੱਥੇ ਵੀ ਅਨਾਜ ਦੀ ਦੁਰਦਸ਼ਾ ਹੋਏਗੀ ਔਰ ਬੁਰਾ ਹਾਲ ਹੋਏਗਾ ਔਰ ਸਰਕਾਰ ਇਸ ਗੱਲ ਦੇ ਉੱਤੇ ਤੁਲੀ ਹੋਈ ਹੈ ਮਤਲਬ ਪ੍ਰਾਈਵੇਟ ਪਲੇਅਰ ਦੇ ਹੱਥਾਂ ਦੇ ਵਿੱਚ ਸਾਡੀ ਕਿਸਾਨੀ ਨੂੰ ਦੇਣਾ ਚਾਹੁੰਦੀ ਹੈ ਇੱਕ ਆਖਰੀ ਸਵਾਲ ਤੁਸੀਂ ਇੱਕ ਦਲੀਲ ਦਿੱਤੀ ਸੀ ਕਿ ਲਾ ਜੇ ਇੰਪਲੀਮੈਂਟ ਹੋ ਜਾਂਦੇ ਆ ਤਾਂ ਇਹ ਜਿਹੜਾ 1888 ਵਾਲਾ ਭਾਅ ਹੈ ਤੁਹਾਨੂੰ 9000 'ਤੇ ਮਿਲੇਗਾ ਇਹ ਤੁਸੀਂ ਆਪਦੀ ਗੱਲ 'ਤੇ ਕਾਇਮ ਹੋ ਹਾਂ 100% ਹੈ 100% ਅਗਰ ਇਹ ਕਾਨੂੰਨ ਇੰਪਲੀਮੈਂਟ ਹੁੰਦੇ ਨੇ ਫਸਲ ਜਿਹੜੀ ਹੈ ਸਾਰੀ ਦਾ ਮਾਲਕ ਆਹਿਸਤਾ ਆਹਿਸਤਾ ਕੌਣ ਬਣੇਗਾ ਅਡਾਨੀ ਅਬਾਨੀ ਜਦੋਂ ਅਡਾਨੀ ਅਤੇ ਅਬਾਨੀ ਦੇ ਮਾਲਕ ਬਣਨਗੇ ਉਸ ਵੇਲੇ ਇਹਨਾਂ ਨੇ ਜਦੋਂ ਜ਼ਮੀਨ ਦੇ ਵਿੱਚੋਂ ਫਸਲ ਇਹਨਾਂ ਨੇ ਕੱਢੀ ਨਾ ਉਦੋਂ ਇਹਨਾਂ ਨੇ ਇਹ ਦਿਖਾਉਣਾ ਕਿ ਕੋਸਟ ਆਫ ਪ੍ਰੋਡਕਸ਼ਨ ਆ ਜਿਹੜੀ ਉਹ 4500 ਰੁਪਈਆ ਹੈ 4500 ਰੁਪਇਆ ਆਪਣਾ ਕੋਸਟ ਆਫ ਪ੍ਰੋਡਕਸ਼ਨ ਹੈ ਔਰ ਉਹਦੇ ਉੱਪਰ ਕਾਨੂੰਨ ਇਹ ਕਹਿੰਦਾ ਹੈ ਜਿਹੜਾ ਇਹਨਾਂ ਨੇ ਅਮੈਂਡਮੈਂਟ ਕੀਤਾ ਹੈ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਕਿ ਇਹ ਡਬਲ ਰੇਟ ਲੈ ਸਕਦੇ ਨੇ ਜਦੋਂ 4500 ਰੁਪਏ ਨੂੰ ਉਹਨਾਂ ਉਹਦੀ ਕੋਸਟ ਆਫ ਪ੍ਰੋਡਕਸ਼ਨ ਬਣਾਈ ਤਾਂ ਡਬਲ ਰੇਟ ਉਹ ਲੈ ਸਕਦੇ ਹੋਏ ਤਾਂ ਤੁਸੀਂ ਆਪਣੇ ਆਪ ਅੰਦਾਜ਼ਾ ਲਓ ਵੀ ਕੀ ਰੇਟ ਬਣੇਗਾ ਆਮ ਪਬਲਿਕ ਵਾਸਤੇ ਬਹੁਤ ਧੰਨਵਾਦ ਡੱਲੇਵਾਲ ਸਾਹਿਬ ਇਹ ਜਿਹੜਾ ਸਵਾਲ ਚੁੱਕ ਰਹੇ ਆ ਇਹ ਪ੍ਰੋਡਿਊਸਰ ਅਤੇ ਕੰਜ਼ਿਊਮਰ ਦਾ ਸਵਾਲ ਹੈ ਕੰਜ਼ਿਊਮਰ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਜੇ ਇਹ ਸਭ ਚੀਜ਼ਾਂ ਲਾਗੂ ਹੁੰਦੀਆਂ ਜਿਸ ਤਰੀਕੇ ਨਾਲ ਮਿਸਟਰ ਡੱਲੇਵਾਲ ਦਾਅਵਾ ਕਰਦੇ ਪਏ ਆ ਕਿ 1888 ਜੇ ਭਾਅ ਹੈਗਾ ਤਾਂ ਉਸ ਭਾਅ ਦੇ ਵਿਚਾਲੇ ਜਦੋਂ ਜਮ੍ਹਾਂਖੋਰੀ ਕੀਤੀ ਗਈ ਤਾਂ ਫਿਰ ਤੁਹਾਨੂੰ ਕਿਹੜੇ ਭਾਅ ਮਿਲੂਗੀ ਇਹ ਵੀ ਧਿਆਨ ਰੱਖਿਓ ਰੋਟੀ ਤੁਹਾਡੇ ਘਰ ਜਿਹੜੀ ਪੱਕੂਗੀ ਉਹਦਾ ਆਟਾ ਤੁਹਾਨੂੰ ਕੀ ਭਾਅ ਆਊਗਾ ਇਹਦਾ ਧਿਆਨ ਰੱਖਿਓ ਕਣਕ ਤੁਹਾਨੂੰ ਕੀ ਭਾਅ ਮਿਲੂਗੀ ਇਹ ਸਾਰੇ ਸਵਾਲੇ ਚੁੱਕ ਰਹੇ ਕੁਛ ਹੋਰ ਆਗੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਡਾਕਟਰ ਦਰਸ਼ਨਪਾਲ ਇਸ ਵਕਤ ਸਾਡਾ ਮੌਜੂਦ ਹੈਗੇ ਆ ਡਾਕਟਰ ਦਰਸ਼ਨਪਾਲ ਪ੍ਰੈਸ ਕਾਨਫਰੰਸ ਜਿਹੜੀ ਸਰਕਾਰ ਦੀ ਹੋਈ ਆ ਉਸ ਨੂੰ ਤੁਸੀਂ ਕੀ ਸਮਝਦੇ ਹੋ ਜਿਹੜੀ ਸਰਕਾਰ ਦੀ ਪ੍ਰੈਸ ਕਾਨਫਰੰਸ ਹੋਈ ਹੈ ਦੇਖੋ ਮੈਂ ਸਾਰੀ ਸੁਣੀ ਹੈ ਪ੍ਰੈਸ ਕਾਨਫਰੰਸ ਉਹ ਮੈਂ ਸੋਚਦਾ ਕਿ ਸਰਕਾਰ ਦੇ ਦੋਨੋਂ ਮੰਤਰੀ ਜਿਹੜੇ ਬੋਲੇ ਨੇ
उन्होंने उही गल्लां रिपीट कीतियां ने जिहड़ियां सानूं प्रपोजल च भेजियां से, उही गल्लां रिपीट कीतियां जिहड़ियां वर्बली असीं विज्ञान भवन च कीतियां सीगियां, जिथे असीं यस एंड नो कह रहे सी। अमित शाह जी नूं असीं कह रहे सी कि असीं डिस्कशन नहीं करना चाहुंदे, तां उहदे चों मैं इह कहना चाहुंदा कि इह जिहड़ी इह जिहड़ा सरकार वल्लों हुण कल प्रपोजल आईआं सी साडे रद्द करन तों बाद, साडा अंदोलन नूं होर शार्प अते अंदोलन नूं होर वाइडर करन तों बाद सरकार ने प्रेस कॉन्फ्रेंस कर ली मिडल क्लास के लोगों नूं, उहनां नूं समझाउण लई साडे देश दे विच लोगों नूं बंद तो बाद अपनी पोजिशन रखने लई गल की है। लेकिन देश के लोगों को असी कल भी अपनी जो प्रपोजल रद्द की है प्रेस कॉन्फ्रेंस करके दस चुके सी, अज भी तुहाडे माध्यम राही दस चुके हैं कि ये कानून ने जिहड़े ये बेसिकली किसान विरोधी ने, किसानी के मौत के वरंट ने, यह वड्डे पूंजीपतियां ते कारपोरेट घराणियां नूं खेती खेत्र दे विच एंटर करन दा एक उन्हां नूं लसेंस देण लई बनाए गए ने, ते वड्डे जखीरेबाज ने जिहड़े साडे देश दे अंदर जिहड़े साडे ग्रेन मार्केट ते होरां ते कब्जा करके वड्डे वड्डे जखीरे बनाउणगे, उहनां लई इह कानून ने उहदे सोध कीती गई है एसेंशियल कम्युनिटी एक्ट 'च, इह दूजे नवें कानून लिआंदे गए ने। डॉक्टर दर्शनपाल, इउं लगदा पिआ कि प्रोड्यूसर ते कंज्यूमर दे विचाले जिहड़ा पाड़ा उस पाड़े नूं सरकार है जिहड़ी उस तरीके नाल समझाउण विच लगी है कि कंज्यूमर तक किसान जथेबंदियां अंदोलन दा कोई असर नहीं हो रहा, ना कंज्यूमर नूं समझ आ रहा, तुहानूं इउं लगदा जिहड़ी गल तुसीं हुणे कह रहे सी? नहीं, उह समझाउण दी कोशिश करनगे उह, उहनां ने कंज्यूमर की मिडल क्लास नूं होरां नूं उहनां ने इक तरहां दा ठहिगा ढंग इह ਇਹ ਗੱਲ ਸਹੀ ਹੈ ਕਿ ਉਹਨਾਂ ਦਾ ਮੀਡੀਆ ਜਿਹੜਾ ਗੋਦੀ ਮੀਡੀਆ ਜਾਂ ਜਿਹੜਾ ਵੀ ਮੀਡੀਆ ਹੈ ਉਹਨਾਂ ਕੋਲ ਬਹੁਤ ਰਿਸੋਰਸਿਸ ਨੇ, ਲੇਕਿਨ ਜਿੱਥੋਂ ਤੱਕ ਇਹ ਕਰਨਦਾਤਾ ਜਾਂ ਕਿਸਾਨਾਂ ਦਾ ਸਵਾਲ ਹੈ, ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਹਮਦਰਦੀਆਂ ਕਿਸਾਨਾਂ ਅਤੇ ਕਿਸਾਨਾਂ ਦੇ ਅੰਦੋਲਨ ਨਾਲ ਜੁੜੀਆਂ ਹੋਈਆਂ ਨੇ। ਜੇ ਜੁੜੀਆਂ ਨਾ ਹੁੰਦੀਆਂ ਭਰਾਵੋ ਤਾਂ 5-6 ਦਿਨਾਂ ਬੰਦ ਬਾਅਦ ਦਿੱਤਾ ਗਿਆ ਬੰਦ ਦਾ ਸੱਦਾ ਜਿਹੜਾ ਦਿੱਲੀ ਦੇ ਇਸ ਕਮਰੇ 'ਚੋਂ, ਉਹ ਸਾਰਾ ਦੇਸ਼ ਵਿਆਪੀ ਅੰਦੋਲਨ ਨਹੀਂ ਸੀ ਬਣਦਾ ਇਸ ਤਰ੍ਹਾਂ ਦਾ। ਇਸ ਲਈ ਦੇਸ਼ ਦੇ ਵਿੱਚ ਦਿਨੋਂ ਦਿਨ ਲੋਕ ਨੇ ਜਿਹੜੇ ਉਹ ਕਿਸਾਨ ਸੰਘਰਸ਼ ਦੀ ਹਮਾਇਤ 'ਤੇ ਆ ਰਹੇ ਨੇ, ਕਿਸਾਨਾਂ ਦੇ ਮੁੱਦੇ ਬੜੇ ਸਪਸ਼ਟ ਨੇ, ਸਾਰੇ ਦੇਸ਼ ਦੇ ਕਿਸਾਨ ਨੇ ਜਿਹੜੇ ਮੁੱਦਿਆਂ ਦੇ ਉੱਤੇ ਖੜ੍ਹੇ ਨੇ। ਇਸ ਕਰਕੇ ਮੈਂ ਕਹਿਣਾ ਇਹ ਚਾਹੁੰਦਾ ਕਿ ਸਰਕਾਰ ਨੂੰ ਅਸਲ 'ਚ ਜਿਹੜੀ ਦੇਸ਼ ਦੇ ਲੋਕਾਂ ਦੀ ਨਬਜ਼ ਫੜਨੀ ਚਾਹੀਦੀ ਹੈ। ਦੇਸ਼ ਦੇ ਵਿੱਚ ਆ ਜਿਹੜੇ ਗੁਆਂਢੀ ਰਾਜ ਨੇ, ਖਾਸ ਕਰਕੇ ਹਰਿਆਣਾ ਅਤੇ ਪੰਜਾਬ, ਇੱਥੇ ਵੀ ਕਾਫੀ ਲੋਕਾਂ ਦੇ ਵਿੱਚ ਵੱਡਾ ਰੋਸ ਹੈ, ਔਰ ਮੈਨੂੰ ਲੱਗਦਾ ਕਿ 2-4 ਦਿਨਾਂ ਦੇ ਅੰਦਰ ਜ਼ਰੂਰ ਹੀ ਚੁਟਾਲੇ ਦੀ ਰਾਜਨੀਤੀ ਦੇ ਹਰਿਆਣਾ ਦੀ ਰਾਜਨੀਤੀ ਦੇ ਵਿੱਚ ਕੋਈ ਤਬਦੀਲੀ ਆਉਣੀ ਚਾਹੀਦੀ ਹੈ। ਜ਼ੋਰ ਵੀ ਲਾ ਰਹੇ ਨੇ ਲੋਕ ਜਿਵੇਂ ਪੰਜਾਬ 'ਚ ਵਾਪਰਿਆ ਉਹੋ ਜਿਹਾ ਕੁਛ ਹਰਿਆਣੇ 'ਚ ਵਾਪਰ ਜਾਣਾ ਚਾਹੀਦਾ ਮੇਰੇ ਮੁਤਾਬਕ, ਕਿਉਂਕਿ ਬਹੁਤ ਸਾਰੇ ਜਿਹੜੇ ਚੁਟਾਲਿਆਂ ਦੇ MLA ਨੇ ਆਲਰੇਡੀ ਕਿਸਾਨ ਸੰਘਰਸ਼ ਦੀ ਹਮਾਇਤ, ਕਿਸਾਨ ਮੰਗਾਂ ਦੀ ਹਮਾਇਤ ਕਰ ਚੁੱਕੇ ਨੇ। ਇੱਕ ਜਿਹੜੀ ਤੁਸੀਂ APMC ਦਾ ਜ਼ਿਕਰ ਕਰ ਰਹੇ ਹੋ, ਤੁਸੀਂ ਪੰਜਾਬ ਦੇ ਮੰਡੀਆਂ ਦਾ ਜ਼ਿਕਰ ਕਰਦੇ ਹੋ ਕਿ ਪੰਜਾਬ ਦੇ ਮਾਡਲ ਨੂੰ ਸਰਕਾਰ ਨੂੰ ਅੱਗੇ ਵਧਾਉਣਾ ਚਾਹੀਦਾ, ਮੇਰਾ ਸਵਾਲ ਹੈ ਡਾਕਟਰ ਦਰਸ਼ਨਪਾਲ, ਪੰਜਾਬ ਦੀ ਮੰਡੀਆਂ ਦਾ ਮਾਡਲ ਹੈ ਜਿਹੜਾ, ਉਹ ਤੁਸੀਂ ਉਸ ਨੂੰ ਬਹੁਤ ਐਪਰੋਪ੍ਰੀਏਟ ਮੰਨਦੇ ਹੋ ਕਿ ਇਹੀ ਫਾਈਨਲ ਮਾਡਲ ਹੈ? ਹਾਂ, ਮੈਂ ਇਸ ਐਂਗਲ ਤੋਂ ਇਹਨੂੰ ਦੇਖਦਾ ਕਿ ਥੋੜ੍ਹਾ ਟਾਈਮ ਲੱਗ ਸਕਦਾ ਇਸ ਗੱਲ 'ਤੇ ਕਿ ਜਿਵੇਂ ਆਪਾਂ ਸਮਾਜ 'ਚ ਰਹਿੰਦੇ ਹਾਂ, ਇਹਦੇ ਵਿੱਚ ਦੋ ਆਪਣੇ ਘਰ 'ਚ ਐਸੇ ਜੀ ਹੁੰਦੇ ਨੇ ਜਿਨ੍ਹਾਂ ਨੂੰ ਨਾ ਬਹੁਤ ਸਪੋਰਟ ਅਤੇ ਪ੍ਰੋਟੈਕਸ਼ਨ ਦੀ ਲੋੜ ਹੁੰਦੀ ਹੈ, ਇੱਕ ਹੁੰਦਾ ਛੋਟਾ ਬੱਚਾ, ਇੱਕ ਹੁੰਦਾ ਬਜ਼ੁਰਗ। ਇਹ ਸਮਾਜ ਦੇ ਅੰਦਰ ਕਰਮਚਾਰੀ, ਅਫਸਰ, ਬਿਜ਼ਨਸਮੈਨ, ਟ੍ਰੇਡਰਸ, ਉਹਦੇ ਨਾਲ ਨਾਲ ਕਿਸਾਨ ਨੇ ਜਿਹੜੇ, ਉਹਨਾਂ ਨੂੰ ਇਸ ਕਿਸਮ ਦੀ ਸਪੋਰਟ ਅਤੇ ਪ੍ਰੋਟੈਕਸ਼ਨ ਦੀ ਲੋੜ ਹੁੰਦੀ ਹੈ ਜਿਵੇਂ ਬੱਚੇ ਅਤੇ ਬਜ਼ੁਰਗ ਨੂੰ ਹੁੰਦੀ ਹੈ। ਸਰਕਾਰ ਜਿਹੜੀ ਹੈ ਉਹ ਇੱਕ ਤਰ੍ਹਾਂ ਦੀ ਉਹਦੀ ਪ੍ਰੋਟੈਕਸ਼ਨ ਅਤੇ ਉਹਦੀ ਦੇਖਭਾਲ ਕਰਨ ਦਾ ਇੱਕ ਤਰ੍ਹਾਂ ਦਾ ਮਾਈ ਬਾਪ ਹੈ। APMC ਐਕਟ ਨੇ ਜਿਹੜੇ ਸਰਕਾਰੀ ਮੰਡੀਆਂ ਦੇ ਕਾਨੂੰਨ ਸੀ, ਅਤੇ ਮਿਨੀਮਮ ਸਪੋਰਟ ਪ੍ਰਾਈਜ਼ ਵੀ ਉਹਦਾ ਹੀ ਇੱਕ ਰੂਪ ਹੈ। ਸੋ ਜੇ ਕਿਸਾਨ ਨੂੰ ਪ੍ਰਾਈਵੇਟ ਮੰਡੀਆਂ ਦੇ ਰਹਿਮੋ ਕਰਮ 'ਤੇ ਛੱਡ ਦਿੱਤਾ ਜਾਊਗਾ ਤਾਂ ਉਹ ਕਿਸਾਨ ਟ੍ਰੇਡਰਸ ਦੇ ਨਾਲ ਨਹੀਂ ਕੰਪੀਟ ਕਰ ਸਕਦਾ, ਉਹਨਾਂ ਨੂੰ ਨਾ ਕਾਰਪੋਰੇਟ ਹਾਊਸ ਨਾਲ ਕੰਪੀਟ ਕਰ ਸਕਦਾ। ਕਿਸਾਨ ਹੈ ਜਿਹੜਾ, ਇਹ ਤਾਂ ਇੱਕ ਉਹਦਾ ਕਿੱਤਾ ਹੈ, ਧੰਦਾ ਹੈ, ਆਕੂਪੇਸ਼ਨ ਹੈ। ਕਿਸਾਨ ਜ਼ਮੀਨ 'ਚੋਂ ਪੈਦਾ ਕਰਦਾ, ਮੰਡੀ 'ਚ ਜਾ ਕੇ ਵੇਚ ਦਿੰਦਾ, ਉਹਦਾ ਟ੍ਰੇਡ ਨਹੀਂ ਕਰਦਾ ਉਹ। ਸੋ ਇਹ ਕਾਨੂੰਨ ਨੇ ਟ੍ਰੇਡ ਐਂਡ ਕਮਰਸ ਦੀ ਮਦਦ ਦੇ ਅਨੁਸਾਰ ਬਣਾਏ ਗਏ ਨੇ। ਕਿਸਾਨ ਹੈ ਜਿਹੜਾ, ਉਹਨੂੰ ਐਵੇਂ ਵਿੱਚ ਫਸਾਇਆ ਜਾ ਰਿਹਾ। ਕਿਸਾਨ ਤਾਂ ਆਪਣੀ ਕਣਕ ਦਾ ਆਟਾ ਵੀ ਨਹੀਂ ਬਣਾਉਂਦਾ, ਕਿਸਾਨ ਤਾਂ ਚੌਲ ਵੀ ਨਹੀਂ ਬਣਾਉਂਦਾ, ਉਹ ਤਾਂ ਸਰ੍ਹੋਂ ਦਾ ਤੇਲ ਵੀ ਨਹੀਂ ਬਣਾ ਕੇ ਵੇਚਦਾ। ਜੇ ਇੰਨੇ ਉਹ ਆਪਣੇ ਪੇਸ਼ੇ 'ਚ ਰਹਿੰਦਾ ਬਸ, ਉਹਦੇ ਨਾਲ 6 ਮਹੀਨੇ ਬਾਅਦ ਫਸਲ ਆਉਂਦੀ ਹੈ, ਕਰਜ਼ਾ ਤਾਰਦਾ ਅੱਗੇ ਨਿਕਲਦਾ ਉਹ। ਸੋ ਕਿਸਾਨ ਹੈ ਜਿਹੜਾ, ਨਾ ਉਹ ਟ੍ਰੇਡਰ ਬਣ ਸਕਦਾ ਜਿੰਨੀ ਕੁ ਉਹਦੇ ਕੋਲ ਜ਼ਮੀਨ ਹੈ, ਜਿੰਨਾ ਕੁ ਉਹਦੇ ਕੋਲ ਹੈਗਾ। ਸੋ ਹੁਣ ਟ੍ਰੇਡਰਸ ਨੂੰ ਇਹਦੇ ਵਿੱਚ ਘਸੋੜ ਕੇ ਟ੍ਰੇਡ ਐਂਡ ਕਮਰਸ ਦੇ ਐਂਗਲ ਰਾਹੀਂ ਉਹ ਕਿਸਾਨ ਦੀ ਜਿਹੜੀ ਉਹ ਐਕਟੀਵਿਟੀ ਆ ਉਹਦੇ ਉੱਤੇ 'ਚ ਇੰਟਰਫੀਅਰ ਕਰਨ ਦੀ ਕੋਸ਼ਿਸ਼ ਹੈ। ਦੂਸਰਾ ਐਂਡ ਮੈਂ ਕਹਿ ਰਿਹਾ ਕਿ ਇਹ ਕਾਨੂੰਨ, ਚਲੋ ਉਹ ਪੋਲੀਟੀਕਲ ਲੈਵਲ ਦਾ ਸਵਾਲ ਹੈ ਕਿ ਇਹ ਕਾਨੂੰਨ ਨੇ ਜਿਹੜੇ ਇੱਕ ਤਰ੍ਹਾਂ ਦੇ ਟ੍ਰੇਡ ਐਂਡ ਕਮਰਸ ਮੀਨਸ ਕੰਕਰੈਂਟ ਲਿਸਟ ਦਾ ਹਿੱਸਾ ਨੇ, ਇਹ
ता ही हिंदुस्तान पद्धर से बने ने। यह स्टेट लिस्ट सी एग्रीकल्चर किसान अपना मंडी च खरीदता नहीं है, वेचता ही है जाके। जिक्र भी किया प्रेस कॉन्फ्रेंस अज जिक्र किया उन्होंने मानते हैं कि कनकरन लिस्ट के ट्रेड एंड कमर्स के अधीन बनाए ने। साडा यह कहना कि खेतीबाड़ी है जो स्टेट लिस्ट आना यह कानून कनकरन लिस्ट के अधीन बनाने गलत ने। सो ये सारे एंगलों तो घोखते हुए असी कहने कि तीनों कानून ने जोड़े तिने कानून तो दूजा ऑर्डीनेंस करके एसेंशियल कम्युनिटी एक्ट जोड़ा वीक किया गया, ये तीनों ची कानून ने जोड़े तीनों कानूनों मुडो सुडो असी तार रद्द करते कि इन्हों की जरूरत नहीं सी, किसी ने मंगे नहीं सी, किसी नाल डिस्कशन नहीं की। ईवन लोग सभा राजसभा दे विच भी जबरदस्ती पास करते। जे हुण असी परसों अमित शाह जी उन्हां कोल गल की वह कहिंदे ठीक है यार जे उदों गलबात नहीं हुई हुण गलबात रही जिहड़ियां रह गईआं कमियां उह ठीक कर लैंदे आ। साडा है कि इहदी प्रमाइस इहदा बेसिस फाउंडेशन है जिहड़ी उही गलत ते उसरी है। ये उहदी जिहड़ी पॉलिसी लैवल ते जो सरकार प्राइवेटाइजेशन दा सोचदी है बेसिकली उहदे करके बणिआ है, जिहनूं असी रद्द करदे। जिवें मैं पहलां कहा तुहानूं कि सरकार वालों फंडिंग करना, सरकार वालों नीतियां बनाउणियां, सरकार वालों मार्केटिंग करवाउणा, सरकार वालों उहदे प्राइसिस नूं मेनटेन करना, उहनूं ठीक प्राइस देना, सरकार शुड एंटर इट इन इट। एंड सैकेंडली अगर कोई प्राइवेट प्लेयर उन्हें चीज़ों रद्द करता है तो सरकार अपने कानून मुताबिक सज़ा देवे। गृहमंत्री का जिक्र किया, गृहमंत्री को यह गल की है कि किसानों ने यह कानून नहीं मंगे तो ना ही तुम किसानों चर्चा की है, फिर तुम ये कानून लैके क्यों आए? तुम यह सवाल खड़ा किया उ हाँ किया बथेरा किया बहुत बारी जा उन्होंने दसिया भी तुम ये कानून ने जोड़े लैके क्यों आए कादे वास्ते, मतलब कि यह बड़ी चंगी तरह हर बार होया है, तोमर साहब नाल भी होया है। ठीक है वो तुहाडियां पुरानियां गल्लां, मैं अमित शाह नाल स्पेसिफिक गल कर रहा, उन्होंने सामने तुसीं इह मुद्दा चुकिया? नहीं उन्होंने सामने असीं मुद्दा चुकिया, नाल असीं कहा भी साडे नाल डिस्कशन क्यों नहीं कीती तुसीं, उन्होंने मन्निया बड़ी हंबली मन्निया यह गल, अरे भाई ठीक है अगर उस समय नहीं हुआ तो आप जो इसमें गलत है वो ठीक कर लेते हैं। ये उन्होंने मान लिया कि उस वेले असीं तुहाडे नाल डिस्कस नहीं किया, तुहाडी राय नहीं लई, तुहाडे विचार नहीं सुने, ये उन्होंने एक्सैप्ट किया। एक आखिरी सवाल, पंजाब दे विच मंडियां तो लैके जिहड़ी सरकारी खरीद एजेंसियां की इन्हां विच करप्शन है, डट दर्शन पाल इस ते की बोलना चाहुंदे? देखो मंडियां ते सरकारी खरीद एजेंसियां च घाटा हैगियां बहुत, उन्हां नूं करैक्ट करन दी बजाय उन्हां दे जिहड़े बदल देना बिल्कुल चीज़ां नूं, इन्हें पुराने रिजल्ट सिट्टे बहुत माड़े कढ़े ने। हस्पतालां दे अंदर मैं डॉक्टर हाँ, मैं देखदा कि मेरे हस्पताल सरकारी हस्पताल दे विच सस्ता इलाज हो जांदा सी, अज कोई भी प्राइवेट हस्पताल दे विच किसान जाके इलाज नहीं करा सकदा। बसां ने रेलवे नूं प्राइवेट करन जा रहे ने, टैलीफोन दा देख लो, हर चीज़ है जिहड़ी उह विच तां दित्ती गई है पर उहदा जिहड़ा फायदा उहनां नूं ठीक करन दी बजाय, असल सरकार चाहुंदी है मैं कल्ली पुलिसिंग दा काम करां, देश दे बस उहदे फौजियां ते पुलिस ਦੀ ਸਰਕਾਰ ਹੋਵੇ, ਬਾਕੀ ਮਹਿਕਮੇ ਨੇ ਜਿਹੜੇ ਪ੍ਰਾਈਵੇਟ ਹਨ। ਕਿਸਾਨ ਜਥੇਬੰਦੀਆਂ ਨੇ ਕਦੇ ਮੁੱਦਾ ਚੁੱਕਿਆ ਕਿ ਉੱਥੇ ਕਰਪਸ਼ਨ ਹੈ ਮੰਡੀ ਸਿਸਟਮ ਦੇ ਵਿੱਚ? ਬਹੁਤ ਵਾਰੀ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੈ, ਉਹਨਾਂ ਦੇ ਖਿਲਾਫ ਧਰਨੇ ਪ੍ਰਦਰਸ਼ਨ ਵੀ ਲੱਗਦੇ ਨੇ, ਅਸੀਂ ਤਾਂ ਕਰਪਸ਼ਨ ਦੇ ਬੇਸਿਕਲੀ ਸ਼ੁਰੂ ਤੋਂ ਹੀ ਬਹੁਤ ਉਲਟੇ। ਤੇ ਸਰਕਾਰ ਤਾਂ ਕਹਿੰਦੀ ਤੁਹਾਨੂੰ ਕਰਪਸ਼ਨ ਤੋਂ ਮੁਕਤ ਕਰਾਉਣਾ ਸੀ? ਨਹੀਂ ਕਰਪਸ਼ਨ ਨਹੀਂ, ਉਹਦੇ 'ਚ ਦੂਜੀ ਤਰ੍ਹਾਂ ਦੀ ਕਰਪਸ਼ਨ ਹੈ, ਉਹ ਕਰਪਸ਼ਨ ਮਤਲਬ ਕਿ ਉਹਦੇ 'ਚ ਕਿਸਾਨ ਦੀ ਐਕਸਪਲਾਈਟੇਸ਼ਨ ਇੰਨੀ ਜ਼ਿਆਦਾ, ਉਹਦੇ 'ਚ ਕਿਸਾਨ ਨੂੰ ਮਤਲਬ ਕਿ ਇਹੋ ਜਿਹੀਆਂ ਫੋਰਸ ਦੇ ਉਹਦੇ 'ਚ ਛੱਡ ਦਿੱਤਾ ਜਾਊਗਾ ਜਿਹਦੇ 'ਚ ਕਿਸਾਨ ਅਲਟੀਮੇਟਲੀ ਜਿਹਨੂੰ ਅਸੀਂ ਮੌਤ ਦੇ ਵਰੰਟ ਕਹਿੰਦੇ ਹਾਂ, ਉਹ ਕਰਪਸ਼ਨ ਨੂੰ ਠੀਕ ਕਰਨ ਦੀ ਬਜਾਏ ਤੁਸੀਂ ਉਹਦਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਉਹਨਾਂ ਨੂੰ ਪ੍ਰਾਈਵੇਟ ਪਲੇਸ ਦੇ ਹਵਾਲੇ ਕਰਨ ਜਾ ਰਹੇ ਹੋ, ਉਹ ਜ਼ਿੰਮੇਵਾਰੀ 'ਤੇ ਸਾਡਾ ਸਵਾਲ ਹੈ। ਠੀਕ ਹੈ, ਬਹੁਤ ਧੰਨਵਾਦ। ਡਾਕਟਰ ਦਰਸ਼ਨਪਾਲ ਨੇ ਬੜਾ ਸਾਫ਼ ਲਹਿਜ਼ੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜਾ ਸਰਕਾਰ ਦੇ ਦਾਅਵੇ ਆ ਉਹ ਸਾਨੂੰ ਮਨਜ਼ੂਰ ਨਹੀਂ, ਕਿਉਂਕਿ ਸਰਕਾਰ ਸਿਰਫ ਸੋਧਾਂ ਤੱਕ ਉਹਨਾਂ ਨੂੰ ਮਨਾਉਣਾ ਚਾਹੁੰਦੀ ਹੈ ਅਤੇ ਇਹ ਕਹਿੰਦੇ ਆ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਾਉਣੇ ਆ। ਕੁਝ ਹੋਰ ਆਗੂ ਨਾਲ ਵੀ ਗੱਲਬਾਤ ਕਰਾਂਗੇ। इस वक्त बूटा सिंह बुरजगिल साडे नाल मौजूद हैगे जिन्होंने बैठक की प्रधानगी की है। वो बुरजगिल जी, तुसी सारे उत्थे फैसले दसे जिस तरीके, मेरा सवाल यह है कि तुसी केंद्र सरकार का विरोध करते पे हो या पंजाब सरकार का विरोध करते पे हो, जिस तरीके तुसी कहा कि असी डीसी ऑफिस के बाहर असी धरने देने? देखो पंजाब सरकार के विरुद्ध भी असी एजिटेशन करी, पंजाब सरकार ने इन तिना कानूनों के विरोध के एक नवा ऑर्डीनेंस लैके आंदा विशेष सैशन सद्या, उन्होंने अजिही व्यवस्था बनाई है कि कानून बेअसर हो जाएंगे। जदों उन्होंने फैसला कर लिया, साड़ी मंग सी कि विशेष सैशन सदो, ये कानूनों रद्द करता कोई ऑर्डीनेंस लेके आओ, वो ले आई, सर्वसंमति पास हो गया, सारिया पार्टियां ने उन्होंने पास किया। हुण अंदोलन ये चल रहा भारत सरकार के विरुद्ध,
भारत सरकार के विरुद्ध जो अंदोलन चल रहा तो यह पंजाब सरकार के विरुद्ध नहीं है। हुण जिहड़ियां सरकारां यह मते पाउणगियां उन्हां दे विरुद्ध नहीं है, जिहड़ियां सरकारां मोदी दे नाल खड़नगियां उन्हां दा विरोध हुंदा रहूगा। डीसी ऑफिस देखो कल्ले पंजाब दे विच नहीं, यह ऑल इंडिया कोआर्डीनेशन कमेटी का फैसला कि पूरे भारत दे विच जिहड़े डीसी दफ्तर है उन्हां दे अगे धरने दित्ते जाण। डिप्टी कमिश्नर भारत सरकार का नुमाइंदा ना कि पंजाब सरकार का, इहनू अंदोलन यह नहीं लैना चाहिए कि पंजाब सरकार के विरुद्ध। बूटा सिंह बुरजगल जी, तुसी गलबात रस्ता खुला रखिया, खेतीबाड़ी मंत्री ते रेल मंत्री जो प्रेस कॉन्फ्रेंस करते हो कहते साडे वल्लों खुला सद्दा, आ जाओ तुसी गलबात कर लो, की तुहाडी डिमांड की है हुण, की कहना चाहुंदे हो? देखो साडी डिमांड बिल्कुल चिट्टे दिन वांग साफ आ कि तिन्ने कानून जिहड़े काले कानून असीं इहदा नां दित्ता है, किसानां दी मौत दे बरंटां दा नां दित्ता, किसानी दा उजाड़ा होना, खेती दा उजाड़ा होना, जमीनां ते कब्जे कारपोरेट घराणियां ने करने आ, उह तिन्ने कानून रद्द कर दित्ते जाण। पर भारत सरकार कह रही है कि असी सोधा कर दें, ये साढ़े नाल डिस्कस कर लो, 15 दिन हो गए डिस्कस करद, बार बार सोधा का कल उन्होंने एक सानू प्रस्ताव भी देता, मतलब लिखती रिटन देता कि आ लो सोधा तुहानू मंजूर है, असी उन्होंने रिजैक्ट करता। हुण बार बार सोधा की गल हो रही है, असी मंग करते हैं कानून रद्द करने की, सोधा तो फिर इतने गल तो फसनी है। अगर ये सोधा करनिया सी, डिस्कस करना सी ऑर्डीनेंस लियाउण तो पहला, किसानां दे नाल डिस्कस करनी सी, आ अंदोलन नहीं सी चलना। हुण जो कानून बन चुके है, असी मंग करदे आ कानून रद्द करन दी, उह सोधां दी गल करदे आ। देखो इह उठ दे नाल जिवें कहिंदे आ ना बकरी दी बन्नण वाली गल आ, बड़ा वड्डा फर्क है इस गल दा। बूटा सिंह जी, सरकार जो भी तुहानूं सद्दा पत्र भेजूगी, सानूं भी समझ आ, तुहानूं भी समझ आ, तुहाडा तुसीं तुहाडा तां बहुत तजर्बा है, उह कदे भी इह लिख के तां देणगे नहीं तुहानूं कि भी खेती नूं रद्द करन जा रहे हां असीं, कि भाई तुसीं आ जाओ गल्लबात कर लईए आपां, की तुसीं लिखती की चाहुंदे हो जो तुसीं बैठक विच पहुंचना उन्हां कोले? देखो पहला सानू 2-3 मिंटां दे विच इह कहिंदे रहे कि तुहानूं समझाउणे आ कानून, असीं उन्हां नाल डिस्कस भी कर लिया, उन्हां नाल बार बार कहता कि असीं समझे हुए हाँ, असीं कल्ला कल्ला अक्खर जाणदे हां, कल्ली कल्ली लैण जाणदे हां, उस तों बाद फिर समझाउणों हट गए, फिर कहिंदे भी असीं सोधा करदे हां, असीं कहिंदे सोधा नहीं करनियां इहदे विच, हुण मुड़ मुड़ अगे वध रहे आ कि सोधा कर लो, कदे कंडीशन ला दिओ कोई, बिल्कुल यह अंदोलन उदों तक जारी रहेगा जदों तक तिन्ने कानून रद्द नहीं होंदे। जे कहिंदे आ कि संविधान दे विच इह विवस्था नहीं है रद्द करन दी, इत्थे पोटा रद्द होया, इत्थे मीछा रद्द होया, इत्थे एक कानून अजिहा काला कानून होर सी लोगों की आवाज़ दबाने वाला वो रद्द होया, ये क्यों नहीं रद्द हो सकते? पार्लीमेंट का विशेष सैशन बुलाउण, नवा ऑर्डीनेंस लैके आउण रद्द करन दा, हो जूगा रद्द? क्यों नहीं होंदे रद्द? इत्थे एक कानून बनया होया, उन्हूं लैंड सील एक्ट कहिंदे आ, स्टैंडर्ड एकड़ 17 एकड़ का, कि 17 एकड़ तो वध किसी कोल जमीन नहीं होगी। आओ पंजाब दे विच मैं दिखाउंदा, 400-400 किले के मालक बैठे आ, 100-100 किले के मालक बैठे आ, आ लालू प्रसाद यादव वर्गे 1000 किले के मालक बैठे आ, वह कानून तो अस बेअसर होया पिया, वह लागू नहीं हो रहा, इहनू बड़ा तद्दी नाल लागू किया जा रहा। देखो बेतुकियां गल्लां, रद्द की मंग असीं इस करके करदे आ कि इन्हां ने गैर संविधानक किया, राज सभा दे विच बहस नहीं कराई, धक्के नाल पास कराया, यह राज सरकारां दे खेतर का विषय, खेती खेतर, यह मल्लो मल्ली दखल अंदाजी कर रहे, इस करके जे मल्लो मल्ली दखल अंदाजी करके कानून बनाया तो गैर संविधानक बनाया, ये रद्द होना ही चाहिए। नहीं हुण तुसीं आपदे अंदोलन नूं कित्थों तक देखदे हो कि ये अंदोलन इत्थों तक पहुँच गया? तुसीं पंजाब तो हरियाणा क्रॉस किया, हरियाणा के बैरीकेड तोड़े, उस तो बाद तुसीं दिल्ली बॉर्डर से आके बैठ के टिकरी बॉर्डर से बैठे हुए हो, गाजीपुर बॉर्डर से तुहाडे जथेबंदियां उत्थे बैठिया हुई हैं, सिंघू बॉर्डर से तुसीं डटे हुए हो, खेतीबाड़ी मंत्री, रेल मंत्री, केंद्रीय राज मंत्री सोम प्रकाश राणा तुहाडी गलबात चलती रही, इस बार तुसीं अमित शाह नाल गलबात तक कर चुके हो, हुण तुसीं आपदा अंदोलन कित्थे खड़ा महसूस करदे हो? ये लोग तुहानूं सुणदे पए सारे जिहड़े अंदोलन च बैठे, उह कहिंदे साडे लीडर सानूं दस्सण कित्थे खड़े हां असीं। देखो जिहड़े असीं, ये एक मैच है, असीं जिहड़े कबड्डी दे खिडारी हां 32 ते प्लस दूसरियां स्टेटां दे 450 बनदे हां, उह 32 दे विच असीं प्लस कीता होया 4 नुमाइंदे होर आ दूसरियां स्टेटां चों, हुण असीं 37 ये खिडारी हाँ, दूसरे पासे इन्हां दे खिडारी है वो चले है एग्रीकल्चर सैकटरी तो, एग्रीकल्चर सैकटरी आया मैदान च, फिर तोमर जी आए, फिर पीयूष गोयल जी आए, अजय राजनाथ बाकी बैठा उन्हें रेड पाउणी आ, फिर अमित शाह जी ने रेड पाई, सारियां रेडां उन्हां दीआं फेल हो गईआं, इक्को ही रहिंदा उन्हां दा जिहड़ा चोटी दा खिडारी है वह है नरेंद्र मोदी, उहदी रेड पाउण वाली रहिंदी है, रेडर है कि स्टॉपर है? वह देखो रेड पाऊगा तो असी फड़ लाँगे,
फड़ांगे। इस करके कि बता हुण मन की बात, ये कारपोरेट घराणे की बात है जां किसानां दी बात है, वह सफल नहीं होगा। ये असीं सफल होवांगे। ये मैच फसिया होया, कौन जितदा कौन हारदा, ये आने वाला समां दस्से। कबड्डी मैच है, कोटी कोटी करदे कि साह तां नहीं उखड़ जूगा? बिल्कुल नहीं, बड़ा दम रख के चलदे आ। एक साल अंदोलन चलाउण लई ब्यौतबंदी पूरी कीती होई आ। कोई कहिंदा कल नूं मुक जू, कोई कहिंदा परसों मुक जू। असीं संचालन कमेटी बनाई आ दोनों स्टेजां खातर। माड़ियां मोटियां कमजोरियां आ रहियां सी उहनां ते, असीं अज 32 प्लस दूसरियां स्टेटां 5-7 मैंबरी रोज संचालन कमेटी बनिया करूगी। 11 तरीक नूं होर नुमाइंदे होणगे, उह स्टेज चलाउणगे, संचालन चलाउणगे, वलंटियर उहनां दे होणगे, रात स्टेजां ते कट्टणगे तां कि कोई गड़बड़ ना हो जाए। ये देखो किड्डी लम्मी ब्यौतबंदी है साडी कि हर रोज़ बदल जा करूँ, 7 मैंबरी हर रोज़ बदल जा करूँगा। बड़ा सही दम रख के चलने। दम उखड़न का सवाल ही पैदा नहीं हुंदा। दम उदों उखड़दा जदों मगरों सप्लाई बंद हो जाए। सारिया स्टेटा चो जत्थे आ रहे हैं, इक्को ही रोड रही है, 12 तरीक नूं जाम कर देनी है जयपुर दिल्ली रोड। पंजाब दे विच एजीटेशन होर फैल रही है, दूसरिया स्टेटा च फैल रही है, कनेडा दे विच मुजहरे हो रहे हैं। ये बार्डर लैवल का लोक लहर बन चुकी है। दम उखड़न का तो सवाल ही पैदा नहीं हुंदा। जे दमों निकलूगी तो मोदी सरकार निकलूगी। ये आने वाले दिनों के गल साफ होगी। चलो बहुत बहुत धन्यवाद। बूटा सिंह बुरजगल हरा ने साफ तो स्पष्ट कर दिया कि कबड्डी का मैच है, तो कबड्डी के मैच में दम उखड़न का सवाल नहीं, तो रेड पाउण दे लई साडे खिडारी भी तैयार है, तो उन्होंने भी तैयार है। तो कहिंदे जफा असीं पा लवांगे तो जित के जावांगे। इत्थों होर किसान आगू नाल गलबात करन दी कोशिश करदे। इस वक्त हरमीत सिंह कादियां साडे नाल मौजूद हैगे। कादियां साहब, खेतीबाड़ी सकत्तर तो लैके तुसी तीन मंत्रियों नाल गलबात करते रहे, तीन मंत्रियों तो गांह तुसी गृहमंत्री तक पहुँच के, लोग जिहड़े बाहर बैठे आ जां देशों विदेशों दे विच जिहड़े तुहानूं लोग देखदे पए आ, उह कहिंदे तुहाडा अंदोलन खड़ा कित्थे, सानूं आ के दस दो। नहीं तुसी कि इत्थे क्या वी सैकटरी तो शुरू किया जी, खेतीबाड़ी सकत्तर तो पंजाब तो दिल्ली पहुंचे बार्डर तक? नहीं जी, नहीं तो पटवारियों तो शुरू किया जी। पटवारी ने पहला दस्या भी साड़ी खेती दे कानून बन के साडे उल्ट ने, फिर SDM तक, फिर DC तक मंग पत्र दिते, फिर असी 15 तरीक नूं 2 घंटे का जाम लाया भी साड़ी आवाज़ सुनी जाए, सेंटर सुन ले, फिर 25 तरीक नूं पंजाब बंद दिता, जिथों सब तो वध जथेबंदियां इकट्ठियां हो गईयां सी पंजाब बंद दा, चंगा सानूं हुंगारा मिलिया। 1 तरीक तो असी रेलां रोकियां, तो 1 महीना रोला रोक के अजी करते, साड़ी खाद की साड़ी सप्लाई रोकती, सानूं कहिंदे जी रेलां, असी रेलां तो पिछे हट गए अपनी गड्डियां चलाउण नूं, इह कहिंदा जी माल गड्डियां चलणगियां। मतलब जिद्दां दा वतीरिया इहनां दा साडे नाल रिहा, असी फिर भी नरमी रही है। तो सब तो वड्डा शांतमई अंदोलन तुसीं कह सकदे हो जे होया तां, तो यह शांतमई रहने का रीज़न यह है भी असी सीरीयस हाँ, इस साडा एक एक फार्मर सीरीयस आ भी सैकटरी लैवल तक गल होवे। तुसी देखो तुसी ते कवर भी करते होंगे, जो भी साडी मीटिंग जाती है कोई किसान सानू मुड़दे उन्होंने नहीं पुछया, नहीं पुछता नहीं है भी की मीटिंग बनया। वो ये चाहते हैं भी जदों मीटिंग कोई गल बनूगी, किसान साढ़े जिहड़े अगे किए हुए नुमाइंदे पत्ती ये आप ही स्टेज पर आके दस देण कि वह इन्नी निम्रता नाल बैठे ने भी ये काले कानून बने ने, काली नाल बने ने, सरकार तो गलती होगी, आपां गलती माफ़ कर ले सरकार तां कोई वड्डी नहीं हुंदी। आपां कहिंदा सवेर दा भुल्लिया शाम नूं घरे आ जाए, कोई वड्डी गल नहीं हुंदी। इस सरकार नूं इस तरीके नूं लैणा चाहीदा वी इह नैगोशिएशन पाकिस्तान नाल नहीं चल रही, इह नैगोशिएशन चाइना नाल नहीं चल रही, नैगोशिएशन कोई वड्डी कंपनी दी खरीदो फरोख्त च नहीं चल रही, इह आपदे ही किसानां नाल आपदी आवाम नाल चल रही है। इस करके जे आवाम दी गल वी सुनी जावे तां कोई ईगो हट नहीं हुंदी हुंदी, इहनां नूं कानून नूं वापस लैणा चाहीदा। तुसीं कहा सी पटवारियों तों शुरू कीता, गल PM तक पहुँचूगी फिर हल होगा जां गृह मंत्री तक हल निकलने की संभावना? देखो PM भी साढ़े ही ने जी, जे PM तक पहुँच जाए, जे वो हल कर दें तो असं उन्हों का धन्यवाद करांगे। जे वो आके ये लै लैन भी असी कानून वापस लैने, अं तो खुशी खुशी तिरंगे ला के ट्रैक्टर के वापस मुड़ के लैके जावे। तो जे हुण असी आपदे जथेबंदियों के झंडे ला के लैके आए हैं, किसानी की आवाज़ उठाने वास्ते ही आए हैं। जे इनू सीरीयस लिता जाए, जिमें 5-6 मीटिंगा कीतियां सी, अज कहा जांदा कई लीडर साढ़े BJP दे कह रहे हैं भी तुसी जे वापस ही कराने से तो फिर तुसी डिस्कशन क्यों की, टेबल टॉक क्यों की? असी टेबल टॉक तो ता नहीं भजे क्योंकि पहला इन्हां दा बयान सी भी तुसी पढ़िया नहीं कानून, जे पढ़ लैंदे तां तुहानूं समझ आ जूगा। सानू इह 5-6 महीने दा समझाउंदे रह गए ते अज इस स्थिति ते आ गए भी अमेंडमेंट भी करनी पै गई। तो इन्हां नूं इह समझ लैणा चाहीदा भी काली ना कानून बणिया होया, जे इह इक अमेंडमेंट भी कर लीए तो भी कोई एक लाइन चेंज कर दी, एक पैराग्राफ चेंज हो जाता तो वह मतलब नगड़ आ जाता। रिफॉर्म्स कहते आने चाहिए सके, PM का आया सी भी खेती रिफॉर्म बहुत पुराने ने, यह आने चाहिए सी, असी भी कहने आने चाहिए सी, पर कारपोरेट घराने वास्ते नहीं आने चाहिए सी, छोटे किसान नूं अपलिफ्टमेंट करने आने चाहिए सी, जिहड़ियां उहदे इकोनोमी डेडलॉक हुई हुई है किसान की उहनूं बाहर कढ़ना सी। इह जिहड़ा ग्रीन रेवोल्यूशन आया सानूं पंजाब नूं डुबो के रखता, ईवन इहनूं हरियाणे नूं,
ਜਿਹੜਾ ਵੀ ਬਾਕੀ ਕੰਟਰੀ ਸਟੇਟ 'ਚ ਆਇਆ ਉਹਨਾਂ ਨੂੰ ਇਹ ਬੁਰਾ ਰਜਾਇਆ। ਹੁਣ ਸਾਰੇ ਭਾਰਤ ਹੀ ਇਹ ਮੰਨਦਾ ਵੀ ਇਹ ਕਾਨੂੰਨ ਸਾਰੇ ਭਾਰਤ ਲਈ ਗਲਤ ਆ, ਤਾਂ ਹੀ ਸਾਰੇ ਭਾਰਤ ਦੀ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ। ਇਹਨਾਂ ਨੂੰ ਇਸ ਬਰੀਕੀ ਲਿਖਣਾ ਚਾਹੀਦਾ। ਮੈਂ ਤਾਂ ਕਹਿੰਦਾ ਵੀ ਜਿਵੇਂ ਪਹਿਲਾਂ ਐਕਟਿੰਗ ਹੀ ਕਰਦੇ, ਹੁਣ ਰਾਹੁਲ ਜੀ ਜਾ ਕੇ ਕਿਸਾਨ ਦੇ ਘਰ ਬੈਠ ਜਾਂਦੇ, ਮੋਦੀ ਜੀ ਨੂੰ ਵੀ ਕਰੀ ਘਰ ਬੈਠ ਕੇ ਨਾ ਇੱਕ ਕਿੱਲਾ ਵਾਹ ਕੇ ਫਸਲ ਵੱਢ ਕੇ ਦੇਖਣ ਵੀ ਇਹ ਬਚਦਾ ਵੀ ਆ ਕੁਛ ਤਾਂ ਨਹੀਂ ਬਚਦਾ। ਸਾਡੇ ਤਾਂ ਕੈਲਕੂਲੇਸ਼ਨ ਅਸੀਂ ਆਪਦੀ ਮਿਹਨਤ ਗਿਣਦੇ ਨਹੀਂ ਹੁੰਦੇ, ਅਸੀਂ ਤਾਂ ਖਰਚਾ ਗਿਣਦੇ ਨੇ, ਸ਼ਹਿਰੋਂ ਬਾਜ਼ਾਰ ਲੈ ਕੇ ਆਏ ਹਾਂ। ਜੇ ਅੱਜ ਉਸ ਖਰਚੇ ਦਾ ਨਹੀਂ ਬਚਦਾ, ਜੇ ਵੱਡੇ ਘਰਾਣੇ ਆ ਗਏ, ਵੱਡੇ ਵੱਡੇ ਉਹਨਾਂ ਦੇ ਫਾਰਮ ਬਣ ਗਏ, ਅਸੀਂ ਉੱਥੇ ਕਿੱਥੇ ਸਰਵਾਈਵ ਕਰਾਂਗੇ, ਕਿੱਥੇ ਫਸਲਾਂ ਵੇਚਾਂਗੇ? ਪ੍ਰਾਈਵੇਟ ਪ੍ਰੈਸ ਕਾਨਫਰੰਸ ਤੁਸੀਂ ਵੀ ਸੁਣੀ ਹੋਊਗੀ, ਉਹ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਬਦਲ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਸਰਕਾਰੀ ਮੰਡੀ ਦੇ ਇਲਾਵਾ ਪ੍ਰਾਈਵੇਟ ਮੰਡੀ ਕੋਲ ਵੀ ਜਾਓ, ਤੁਹਾਨੂੰ ਵੱਧ ਭਾਅ ਮਿਲੇ, ਤੁਹਾਡੀ ਜਿਹੜੀ MSP ਦੇ ਉੱਤੇ ਫਸਲ ਵਿਕੇ। ਉਹ ਨਾਲੇ ਕਹਿੰਦੇ ਆ ਕਿ ਅਸੀਂ ਜਿਹੜਾ ਤੁਹਾਨੂੰ ਵਾਅਦਾ ਕੀਤਾ ਸੀਗਾ ਉਹਦੇ ਵਿੱਚ ਅਸੀਂ ਖਰਚਾ ਕਰ ਰਹੇ ਹਾਂ। 1,34,000 ਕਰੋੜ ਦਾ ਬਜਟ ਹੈ ਖੇਤੀਬਾੜੀ ਮੰਤਰਾਲੇ ਦਾ, ਇਹ ਵੀ ਉਹਨਾਂ ਨੇ ਕਿਹਾ। ਉਹਨਾਂ ਨੇ ਇਹ ਵੀ ਕਿਹਾ ਕਿ 75,000 ਕਰੋੜ ਰੁਪਇਆ ਅਸੀਂ ਕਿਸਾਨਾਂ ਦੇ ਖਾਤੇ 'ਚ ਪਾ ਰਹੇ ਹਾਂ, ਇੱਥੋਂ ਤੱਕ 1,00,000 ਕਰੋੜ ਤੱਕ ਅਸੀਂ ਪਾ ਚੁੱਕੇ ਹਾਂ 2,000 ਵਾਲੀ ਜਿਹੜੀ ਸਕੀਮ ਹੈ। ਕਦੇ ਸਭ ਉਹ ਤਾਂ ਕਦੇ ਅਸੀਂ ਇੰਨਾ ਕੁਛ ਕਰ ਰਹੇ ਹਾਂ, ਕਿਸਾਨ ਨੂੰ ਸਮਝ ਨਹੀਂ ਆ ਰਹੀ। ਜਿਹੜੇ ਆ ਬਾਕੀ ਸੀਗੇ ਕਾਨੂੰਨ ਨੂੰ ਛੱਡ ਕੇ ਜਿਹੜੀ ਬਾਕੀ ਗੱਲਾਂ ਕੀਤੀਆਂ, ਅਸੀਂ ਇਹਨੂੰ ਅਣਦੇਖਾ ਕਰ ਰਹੇ ਹਾਂ। ਅੱਜ ਸ਼ਰਿਆਮ ਵਰਡ ਕਹਿ ਰਿਹਾ ਅਣਦੇਖਾ, ਦੇਖਣਾ ਚਾਹੀਦਾ। ਅਣਦੇਖਾ ਤਾਂ ਕਰ ਰਹੇ ਹਾਂ ਵੀ ਇਹ ਰਿਫੋਰਮਸ ਸਾਡੀ ਕੰਟਰੀ ਦੇ ਟੈਕਸ ਇਕੱਠਾ ਹੋ ਕੇ ਫਾਰਮਰ ਵਾਸਤੇ ਆ। ਵਰਲਡ ਦੇ ਵਿੱਚ ਹਰ ਜਗ੍ਹਾ ਸਬਸਿਡੀ ਚੱਲਦੀ ਆ, ਉਹ ਆਪਣਾ ਪੋਲੀਟੀਕਲ ਏਜੰਡਾ ਕਰ ਰਹੇ ਸੀਗੇ, ਜੇ ਤਾਂ ਸਾਨੂੰ ਕੁਛ ਬਾਹਲਾ ਬੋਲਣਾ ਨਹੀਂ ਚਾਹੀਦਾ। ਅੱਜ ਦੀ ਡੇਟ 'ਚ, ਅੱਜ ਦੀ ਡੇਟ 'ਚ ਅਸੀਂ 3 ਕਾਨੂੰਨਾਂ ਦੀ ਗੱਲ ਕਰ ਰਹੇ ਹਾਂ, 2 ਆਰਡੀਨੈਂਸ 'ਤੇ ਕਰ ਰਹੇ ਹਾਂ, 3 ਸਾਡੀ ਦੂਜੀ ਮੰਗਾਂ, 8 ਮੰਗਾਂ ਅਸੀਂ ਦਿੱਤੀਆਂ ਹੋਈਆਂ ਨੇ। ਉਹ ਜਿਹੜਾ ਅੱਜ ਡਾਇਲੋਗਸ ਉਹਨਾਂ ਨੇ ਦਿੱਤੇ, ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਜਿਹੜਾ ਉਹ ਇਹ ਮੰਨ ਗਏ ਵੀ ਇਹ ਕਾਨੂੰਨ ਅਸੀਂ ਵਪਾਰੀਆਂ ਵਾਸਤੇ ਲੈ ਕੇ ਆਏ ਹਾਂ, ਟ੍ਰੇਡ ਕਮਰਸ ਵਾਸਤੇ ਲੈ ਕੇ ਆਏ ਹਾਂ, ਜਿੱਥੇ ਕਿ ਫੈਡਰਲ ਢਾਂਚੇ 'ਚ ਕਿਹਾ ਹੋਇਆ ਵੀ ਮਾਰਕੀਟਿੰਗ ਅਤੇ ਦੂਜੀ ਐਗਰੀਕਲਚਰ ਇਹ ਸਟੇਟ ਸਬਜੈਕਟ ਆ, ਫਿਰ ਉਹ ਕਾਨੂੰਨ ਹੀ ਪਹਿਲੇ ਬਣ ਹੀ ਨਹੀਂ ਸਕਦੇ, ਕੋਨਸਟੀਟਿਊਸ਼ਨਲੀ ਉਹ ਨਹੀਂ ਬਣ ਸਕਦੇ ਕਾਨੂੰਨ, ਉਹ ਕਿਉਂ ਬਣਾ ਰਹੇ ਹੋ? ਫਿਰ ਜੇ ਟ੍ਰੇਡ ਵਾਸਤੇ ਬਣਾਏ ਗਏ, ਫਿਰ ਸਾਫ਼ ਹੀ ਹੋ ਗਿਆ, ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਟ੍ਰੇਡਰ ਵਾਸਤੇ ਬਣਾਇਆ ਗਿਆ, ਫਾਰਮਰ ਵਾਸਤੇ ਨਹੀਂ ਬਣਾਇਆ। ਸਾਡਾ ਨਾਮ ਕਿਉਂ ਲਿਖਿਆ ਗਿਆ ਵੀ ਫਾਰਮਿੰਗ ਰਿਫੋਰਮਸ ਵਾਸਤੇ ਲੈ ਕੇ ਆਏ ਹਾਂ? ਜੇ ਇਹ ਓਪਨ ਮਾਰਕੀਟ ਦੇ ਵਿੱਚ 4 ਪੈਸੇ ਬਚਦੇ ਹੁੰਦੇ, ਬਿਹਾਰ ਦਾ ਝੋਨਾ ਕਹੂੰਗਾ, ਪੈੜੀ, ਕੋਈ ਵਰਡ ਚੇਂਜ ਕਰਨਾ ਮੈਂ ਇਹ ਤੋਂ ਬਾਅਦ, ਬਿਹਾਰ ਦਾ ਝੋਨਾ 1,000 ਕਿਲੋਮੀਟਰ 1,200 ਕਿਲੋਮੀਟਰ ਤੁਰ ਕੇ ਹਰਿਆਣਾ ਪੰਜਾਬ 'ਚ ਕਿਉਂ ਵਿਕਦਾ? ਅੱਛਾ, ਸਾਡੀ ਖੁਰਾਕ ਨਹੀਂ ਇਹ, ਸਾਡੇ ਕੋਲ ਸਰਪਲੱਸ ਆ, ਇਸ ਏਰੀਏ ਨੂੰ ਤਾਂ ਚਾਹੀਦਾ ਹੀ ਨਹੀਂ, ਸਾਡੇ ਕੋਲ ਤਾਂ ਆਪ ਸਰਪਲੱਸ ਜਾ ਕੇ ਬਾਹਰ ਜਾਂਦਾ, ਇੱਥੋਂ ਚੌਲ ਬਣ ਕੇ ਉਹੀ ਝੋਨੇ ਦਾ ਚੌਲ ਬਣ ਕੇ ਜਦੋਂ ਵਾਪਸ ਜਾਣਾ, ਫਿਰ ਉਸ ਸਟੇਟ 'ਚ ਜਾਣਾ, ਉੜੀਸਾ, ਬਿਹਾਰ, ਤਾਮਿਲਨਾਡੂ, ਉੱਧਰ ਹੀ ਜਾਣਾ ਵਾ। ਫਿਰ ਇਹ ਰਸਤਾ ਕਿਉਂ ਬੈੜਾ ਕਿਉਂ ਕਰਨਾ ਪਿਆ? ਇੰਨੇ ਖਰਚਾ ਗਰੀਬ ਨੂੰ ਅੰਨ ਕਿਉਂ ਖਿਲਾਇਆ? ਜੇ ਓਪਨ ਮਾਰਕੀਟ 'ਚ ਹੁੰਦਾ ਚੌਲ, ਉੱਥੇ ਝੋਨਾ ਕਿਉਂ ਨਾ ਵਿਕ ਜਾਂਦਾ? ਇੱਥੋਂ ਗਿਆ ਹੋਇਆ ਝੋਨਾ ਵੀ ਵਿਕਦਾ, ਉਹ ਇੱਥੇ ਆ ਕੇ ਦੁਬਾਰਾ ਵਿਕ ਰਿਹਾ, ਤਾਂ ਓਪਨ ਮਾਰਕੀਟ ਦੇ ਵਿੱਚ ਕਿਧਰ ਸਰਵਾਈਵਲ ਨਹੀਂ ਹੈਗੀ। ਜਿਹੜਾ ਸਵਾਮੀਨਾਥਨ ਰਿਪੋਰਟ ਆ C2+50%, ਉਹਨਾਂ ਨੇ ਕਿਸੇ ਗੱਲ ਖਾਤਰ ਬਣਾਈ ਸੀ। ਸਾਨੂੰ ਪਹਿਲਾਂ ਸਾਡੇ ਜਥੇਬੰਦੀਆਂ ਇੰਡੈਕਸ ਦੇ ਹਿਸਾਬ ਨਾਲ ਮੰਗਦੇ ਹੁੰਦੇ ਸੀ, ਜਿਵੇਂ ਇੰਡੈਕਸ ਇਨਕਰੀਜ਼ ਹੁੰਦਾ ਸਾਡੀਆਂ ਕੀਮਤਾਂ ਇੰਡੈਕਸ ਦੇ ਹਿਸਾਬ ਨਾਲ ਬੰਨੀਆਂ ਜਾਣ, ਉਹ ਤਾਂ ਅਸੀਂ ਬਹੁਤ ਪਿੱਛੇ ਰਹਿ ਗਏ। ਉਸ ਤੋਂ ਬਾਅਦ ਅਸੀਂ ਸਿਰਫ ਇਹ ਮੰਗਣ ਲੱਗ ਗਏ ਜਿਹੜਾ ਸਵਾਮੀਨਾਥਨ 2006 'ਚ ਆਇਆ ਵੀ C2+50%, ਵੀ ਸਾਡੇ ਖਰਚੇ ਦੇ ਦਿਉ, ਸਾਡੀ ਮਿਹਨਤ ਲਾ ਲਓ, ਉਹਦਾ 50% ਸਾਨੂੰ ਫਾਇਦਾ ਦੇ ਦਿਉ, ਤਾਂ ਉਹ ਫਾਇਦੇ 'ਤੇ ਕੋਈ ਫਸਲ ਵਿਕੀ ਹੋਵੇ ਇੱਥੇ, ਉਦੋਂ ਬਾਅਦ ਕਿਸਾਨ 'ਤੇ ਕਰਜ਼ਾ ਚੜਿਆ ਹੋਵੇ, ਮੈਂ ਉਹਦੀ ਗਰੰਟੀ ਚੱਕਦਾ, ਉਹਦੇ ਨੇੜੇ ਵੀ ਨਹੀਂ ਲੱਗੀ ਉਹਦੇ C2+2 ਦੇ, ਤਾਂ ਹੀ ਉਹਨੂੰ ਕਿਸਾਨ ਨੂੰ ਘਾਟਾ ਪੈਂਦਾ। ਇੱਕ ਡਾਕਟਰ ਜੋਲ ਰਿਪੋਰਟ ਆਈ ਸੀ 86 ਦੇ ਵਿੱਚ, ਕਾਫੀ ਤਕੜੇ ਅਰਥਸ਼ਾਸਤਰੀ ਰਹੇ ਆ ਅਤੇ ਐਗਰੀਕਲਚਰ ਅਰਥਸ਼ਾਸਤਰੀ ਰਹੇ ਨੇ, ਉਹਨਾਂ ਨੇ ਉਦੋਂ ਲਿਖਿਆ ਸੀ ਉਸ ਰਿਪੋਰਟ ਦੇ ਵਿੱਚ, 10 ਸਾਲ ਹੋ ਗਏ ਇੰਡੈਕਸ ਦੇ ਹਿਸਾਬ ਨਾਲ ਕੀਮਤ ਨਹੀਂ ਮਿਲੀ, ਤਾਂ ਕਰਜ਼ਾ ਹੋਇਆ ਕਿਸਾਨਾਂ 'ਤੇ। ਮਤਲਬ 86 'ਚ ਰਿਪੋਰਟ ਆਈ, ਤਾਂ ਇਹ ਕੈਲਕੂਲੇਟ ਕਰ ਲਓ 76 ਤੋਂ ਲੈ ਕੇ 86 ਦੇ ਵਿੱਚ ਇੰਡੈਕਸ ਦੇ ਹਿਸਾਬ ਨਾਲ ਕੀਮਤਾਂ ਨਹੀਂ ਮਿਲੀਆਂ, ਤਾਂ ਉਦੋਂ ਘਾਟੇ ਪੈ ਗਏ, ਉਦੋਂ ਲੋਨ ਚੜ੍ਹ ਗਏ। ਇੰਨੇ ਪੁਰਾਣੀ ਗੱਲ ਕਰ ਰਹੇ ਹਾਂ ਜਿਹੜੀ ਅੱਜ ਵੀ ਵਾਇਬਲ ਕਰ ਰਹੀ ਆ, ਵੀ ਇਹ ਨਵੇਂ ਓਪਨ ਮਾਰਕੀਟਿੰਗ ਜਿਹੜੀ ਹੈਗੀ ਆ, ਓਪਨ ਮਾਰਕੀਟਿੰਗ ਨਾਲ ਕਿਤੇ ਵੀ ਸਰਵਾਈਵਲ ਨਹੀਂ ਹੋ ਸਕਦਾ। ਈਵਨ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਸਟੇਟਸ ਨੇ, ਜਾਂ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਇਹ ਕਾਨੂੰਨ ਲਾ ਕੇ ਉੱਥੇ ਦੇ ਕਿਸਾਨਾਂ ਨੂੰ ਫੇਲ ਕੀਤਾ ਹੋਇਆ, ਉੱਥੇ ਦੀ ਕੋਈ ਨੈਕਸਟ ਜਨਰੇਸ਼ਨ ਫਾਰਮਿੰਗ ਕਰਨ ਲਈ ਜਾਰੀ ਨਹੀਂ ਹੈ। ਅੱਜ ਵੀ ਮੈਂ ਘੁੰਮ ਕੇ ਆਇਆ ਹੋਇਆ, ਅਤੇ ਉੱਥੇ ਬਜ਼ੁਰਗ ਹੀ ਬੈਠੇ ਆ ਫਾਰਮਾਂ ਦੇ ਉੱਤੇ, ਵੀ ਐਂਡ ਜਨਰੇਸ਼ਨ ਆ ਜਿਹੜੀ ਉਦੋਂ ਬਾਅਦ ਫਾਰਮਿੰਗ ਕਰੂਗੀ। ਆਖਰੀ ਸਵਾਲ, ਤੁਸੀਂ ਕਹਿ ਰਹੇ ਹੋ ਟ੍ਰੇਡਰਸ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ, ਮੇਰਾ ਸਵਾਲ ਹੈ ਫਾਰਮਰਸ ਵਾਸਤੇ ਰਿਫੋਰਮਸ ਲਿਆਉਣ ਲਈ ਸਰਕਾਰ ਨੂੰ ਕੀ ਕਰਨਾ ਚਾਹੀਦਾ ਅਤੇ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ? ਮੇਰੇ 2 ਸਵਾਲ ਹੈ ਕਾਦੀਆ ਜੀ। ਇੱਕ ਤਾਂ ਰਿਫੋਰਮਸ ਆਉਣੇ ਚਾਹੀਦੇ ਆ, ਇਹਦਾ ਤੁਸੀਂ ਵੀ ਮੰਨੋਗੇ, ਆਪਾਂ ਸਾਰੇ ਮੰਨਦੇ ਹਾਂ ਵੀ ਆ ਰਿਫੋਰਮਸ ਪੁਰਾਣੇ ਨੇ, ਇਹਨੂੰ ਇਸ ਸੈਕਟਰ ਨੂੰ ਜਿੱਥੇ 65-70% ਡਾਇਰੈਕਟਲੀ ਇਨਵੋਲਵ ਹੋਣ, ਇਹਨੂੰ ਚੇਂਜ ਕਰਨ ਦਾ ਟਾਈਮ ਆ ਗਿਆ, ਅਤੇ ਬੈਸਟ ਸੋਇਲ, ਬੈਸਟ ਮੌਸਮ ਆਪਣੇ ਇੰਡੀਆ ਕੋਲ, ਅਲੱਗ ਅਲੱਗ ਜੋਗ੍ਰਾਫੀਕਲ ਆਪਣੇ ਕੋਲ ਹੈਗੀਆਂ ਨੇ, ਸਿਰਫ ਆਪਣੇ ਰਿਫੋਰਮਸ ਲੈ ਕੇ ਆਉਣ ਦੀ ਅਤੇ ਸਿਸਟਮ ਬਣਾਉਣ ਦੀ ਗੱਲ ਆ। ਜਿਹੜਾ ਪੁਰਾਣਾ ਸਿਲਕ ਰੂਟ ਹੈ ਇਹ ਓਪਨ ਕੀਤਾ ਜਾਵੇ, ਕਿਉਂ ਕਿਸੇ ਨੂੰ ਆਪਣੇ ਵਪਾਰ ਰੋਕੇ ਗਏ ਨੇ, ਠੀਕ ਆ ਜੀ। ਅਰਬ ਕੰਟਰੀਜ਼ ਆਪਣੇ ਨੇੜੇ ਆ, ਇੱਥੇ ਕਾਰਗੋ ਏਅਰਪੋਰਟਸ ਬਣ ਸਕਦੀਆਂ, ਵੈਜੀਟੇਬਲਸ ਫਰੂਟਸ ਦੇ ਵਿੱਚ ਆਪਾਂ ਜਾ ਸਕਦੇ ਹਾਂ, ਪੈਕਿੰਗ ਕਰਕੇ ਫੂਡ ਛੋ
ਜੇ ਤਾਂ ਉਹ ਤੋਂ ਪ੍ਰੋਡਕਟ ਦੀ ਵੈਲਿਊ ਐਡਡ ਹੋ ਜਾਵੇ ਤਾਂ ਉਹ ਅੱਗੇ ਕਰਕੇ ਸੇਲ ਹੋ ਜਾਵੇ। ਇਹੋ ਜਿਹੇ ਰਿਫੋਰਮਸ ਲੈ ਕੇ ਆਉਣੇ ਚਾਹੀਦੇ ਸੀ, ਇਹੋ ਜਿਹਾ ਲੋਨਿੰਗ ਸਿਸਟਮ, ਇਹੋ ਜਿਹਾ ਫਾਈਨੈਂਸ ਸਿਸਟਮ ਆਉਣਾ ਚਾਹੀਦਾ ਵੀ ਛੋਟੇ ਫਾਰਮਰ ਨੂੰ ਵੀ ਫਾਈਨੈਂਸ ਵਧੀਆ ਮਿਲ ਜਾਵੇ, ਉਹਦੇ ਪ੍ਰੋਜੈਕਟ ਰਿਪੋਰਟ 'ਤੇ ਮਿਲ ਜਾਵੇ, ਇੱਕ ਇੰਡਸਟਰੀ ਨੂੰ ਪ੍ਰੋਜੈਕਟ ਰਿਪੋਰਟ 'ਤੇ ਫਾਈਨੈਂਸ ਮਿਲ ਜਾਂਦਾ, ਛੋਟਾ ਫਾਰਮਰ ਵੀ ਆਪਣਾ ਪ੍ਰੋਜੈਕਟ ਆਨ ਕਰਨ। ਜਿਹੜੀ ਗੱਲ ਕਹਿ ਰਹੇ ਹੋ ਇਹ ਸਰਕਾਰਾਂ ਵੱਲੋਂ ਰਿਫੋਰਮਸ ਦੀ ਗੱਲ ਕੀਤੀ ਜਾ ਰਹੀ ਹੈ, ਕਿਸਾਨ ਰਿਫੋਰਮਸ ਦੇ ਵਿੱਚ ਕਿਵੇਂ ਹਿੱਸਾ ਪਾ ਸਕਦੇ, ਮੇਰਾ ਸਵਾਲ ਇਹ ਹੈ। ਹਾਂਜੀ, ਕਿਸਾਨ ਰਿਫੋਰਮਸ ਜਿਹੜੀ ਵੀ ਚੀਜ਼ ਕਿਸਾਨ ਨੂੰ ਦਿੱਤੀ ਜਾਂਦੀ ਆ, ਕਿਸਾਨ ਲਕੀਰ ਦਾ ਫਕੀਰ ਆ, ਉਹਨੂੰ ਕਾਮਯਾਬ ਕਰ ਦਿੰਦਾ। ਗ੍ਰੀਨ ਰੈਵੋਲੂਸ਼ਨ ਜਦੋਂ ਆਇਆ ਸੀ ਉਦੋਂ ਇਹਨਾਂ ਦੀ ਖਾਦ ਪਦਾਰਥ ਦੀ ਲੋੜ ਸੀ, ਜਿਹੜੀਆਂ ਜ਼ਰੂਰੀ ਵਸਤਾਂ ਆਪਾਂ ਕਹਿ ਦਿੰਦੇ ਹਾਂ, ਜਿਹੜੀ ਕਣਕ, ਝੋਨਾ, ਖੋਲੇ, ਇਹ ਪੂਰੀਆਂ ਸਰਪਲਸ ਕਰਤੀਆਂ, ਜੇ ਨਹੀਂ ਕਰਤੀ ਤਾਂ ਦੱਸ ਦਿਉ। ਅੱਜ ਸਰਪਲਸ ਹੋ ਚੁੱਕੀਆਂ। ਦੂਜੀ ਕਿਸਾਨ ਦੇ ਵਿੱਚ ਜਿਹੜੀ ਐਜੂਕੇਸ਼ਨ ਐਂਡ ਹੈਲਥ, ਉਹ ਰਿਫੋਰਮਸ ਦੀ ਬਹੁਤ ਵੱਡੀ ਲੋੜ ਆ। ਆਪਣੇ ਹਾਲੇ ਪਿੰਡਾਂ ਦੇ ਵਿੱਚ ਸਰਕਾਰੀ ਸਕੂਲ ਖੁੱਲ੍ਹੇ ਸੀ, ਜਿਹੜੇ 60s ਦੇ ਵਿੱਚ ਖੁੱਲ੍ਹੇ ਸੀ, ਅੱਜ ਉਹ ਬੰਦ ਹੋਏ ਹੋਏ ਨੇ। ਉਹ ਸਾਡੀ ਡਿਵੈਲਪਮੈਂਟ ਹੋ ਕੇ ਥੱਲੇ ਆਈ ਹੋਈ ਆ ਜੀ। ਇਸ ਤਰ੍ਹਾਂ ਦੇ ਰਿਫੋਰਮ ਆ ਜਿਹੜੇ ਪੰਜਾਬਾਂ ਦੇ ਡੂੰਘੇ ਪਿੰਡਾਂ 'ਚ ਜਾ ਕੇ ਦੇਖੋ, ਉੱਥੇ ਜਦ ਪਲੱਸ ਟੂ ਦਾ ਸਕੂਲ ਨਹੀਂ ਖੁੱਲ੍ਹੇ, 10ਵੀਂ ਤੋਂ ਬਾਅਦ ਖੁੱਲ੍ਹੇ ਨਹੀਂ, ਜਿਹੜੇ 78 ਦੇ ਵਿੱਚ 10th ਸਕੂਲ ਸੀ, ਅੱਜ ਪਲੱਸ ਟੂ ਨਹੀਂ ਹੋ ਕੇ। ਉਹ ਲੋੜ ਆ, ਹੈਲਥ ਦੀ ਲੋੜ ਆ, ਇਹਨਾਂ ਨੂੰ ਚੇਂਜ ਕਰਨ ਦੀ, ਆਪਣਾ ਜਿਹੜਾ ਲਾਈਫ ਸਟਾਈਲ ਆ ਉਹ ਚੇਂਜ ਕਰਨ ਦੀ ਲੋੜ ਆ, ਐਜੂਕੇਸ਼ਨ ਕਰਾ ਕੇ, ਬੱਚੇ ਪੜ੍ਹਾ ਕੇ, ਐਜੂਕੇਟ ਕਰਕੇ ਫਾਰਮਿੰਗ ਕਰਨ ਦੀ ਲੋੜ ਆ। ਠੀਕ ਆ, ਰਾਜਨੀਤੀ ਵਿੱਚ ਰਿਫੋਰਮਸ ਦੀ ਲੋੜ ਹੈਗੀ, ਹੋ ਜਾਣੀ ਆ ਜੀ। ਚਲੋ, ਬਹੁਤ ਧੰਨਵਾਦ। ਹਰਮੀਤ ਸਿੰਘ ਕਾਦੀਆ ਕਹਿ ਰਹੇ ਸੀ ਕਿ ਰਿਫੋਰਮਸ ਦੀ ਜ਼ਰੂਰਤ ਹੈਗੀ ਆ, ਕਿਸਾਨ ਨੂੰ ਵੀ ਇਸ ਗੱਲ ਦੀ ਸਮਝ ਹੈ। ਨਾਲ ਇਹਨਾਂ ਨੇ ਅਖੀਰਲੇ ਸਵਾਲ ਵਿੱਚ ਇਹ ਵੀ ਕਹਿ ਦਿੱਤਾ ਕਿ ਰਾਜਨੀਤੀ ਵਿੱਚ ਵੀ ਰਿਫੋਰਮਸ ਆ ਜਾਣੇ ਆ, ਇਹਦਾ ਮਤਲਬ ਬਹੁਤ ਵੱਡਾ। ਪਰ ਖੇਤੀ ਕਾਨੂੰਨਾਂ ਦੇ ਰੱਦ ਕਰਨ ਦੇ ਲਈ ਜਿਹੜਾ ਅੰਦੋਲਨ ਚੱਲ ਰਿਹਾ, ਉਸ ਦਾ ਅੰਜਾਮ ਕੀ ਹੋਵੇਗਾ, ਹਜੇ ਫਿਲਹਾਲ ਆ ਜਿਹੜੇ ਉਹ ਮੰਥਨ ਕੀਤੇ ਜਾ ਰਹੇ ਆ। ਸਰਕਾਰਾਂ ਵੀ ਇਹਨਾਂ ਨੂੰ ਟੋਹ ਕੇ ਦੇਖ ਰਹੀਆਂ ਕਿ ਇਹ ਕਿੱਥੋਂ ਤੱਕ ਖੜਿਆ, ਅਤੇ ਇਹ ਸਰਕਾਰਾਂ ਨੂੰ ਟੋਹ ਕੇ ਦੇਖ ਰਹੇ ਆ। ਇਹ ਕਹਿੰਦੇ ਗੱਲਬਾਤ ਅਸੀਂ ਤੋੜੀ ਨਹੀਂ, ਨਾ ਅਸੀਂ ਚਾਹੁੰਦੇ ਹਾਂ ਕਿ ਗੱਲਬਾਤ ਟੁੱਟੇ। ਪਰ ਜਿਸ ਤਰੀਕੇ ਨਾਲ ਅੱਜ ਕੇਂਦਰ ਸਰਕਾਰ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਇਹਨਾਂ ਕਿਸਾਨ ਜਥੇਬੰਦੀਆਂ ਨੇ ਸਖ਼ਤ ਸ਼ਬਦ ਵਰਤੇ ਆ, ਉਸ ਤੋਂ ਸਰਕਾਰ ਨੂੰ ਦੁਬਾਰਾ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਕਿਸਾਨ ਜਥੇਬੰਦੀਆਂ ਜਿਸ ਤਰੀਕੇ ਨਾਲ ਕਹਿ ਰਹੀਆਂ ਕਿ ਸਾਡਾ ਅੰਦੋਲਨ ਘਟੇਗਾ ਨਹੀਂ, ਵਧੇਗਾ, ਅਤੇ ਅਸੀਂ ਵੀ ਹੁਣ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ। ਰੋਜ਼ ਅਸੀਂ ਗਰਾਊਂਡ ਜ਼ੀਰੋ ਤੋਂ ਅਪਡੇਟ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੰਟੈਂਟ ਵਾਈਜ਼ ਐਜੂਕੇਟ ਤੁਹਾਨੂੰ ਕੀਤਾ ਜਾਵੇ। ਇਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਹ ਜੋ ਗੱਲਬਾਤ ਦੱਸਦੇ ਆ, ਇਹਨਾਂ ਦੇ ਜੋ ਪ੍ਰੋਗਰਾਮ ਹੈ, ਰੋਸ ਧਰਨੇ ਆ, ਮੁਜ਼ਾਹਰੇ ਆ, ਜੋ DC ਦਫ਼ਤਰਾਂ 'ਤੇ ਧਰਨੇ ਦੇਣੇ ਆ, ਹਾਈਵੇ ਜਾਮ ਕਰਨੇ, ਤੁਹਾਨੂੰ ਸਭ ਕੁਝ ਪਤਾ ਲੱਗਦਾ ਪਿਆ। ਪਰ ਸਾਡੀ ਕੋਸ਼ਿਸ਼ ਹੈ ਕਿ ਤੁਸੀਂ ਵੀ ਐਜੂਕੇਟ ਹੋਵੋ, ਕਿਤੇ ਕਿਸਾਨ ਜਥੇਬੰਦੀਆਂ ਤੁਹਾਨੂੰ ਗੁੰਮਰਾਹ ਤਾਂ ਨਹੀਂ ਕਰ ਰਹੀਆਂ, ਕਿਤੇ ਕੇਂਦਰ ਸਰਕਾਰ ਤੁਹਾਨੂੰ ਗੁੰਮਰਾਹ ਤਾਂ ਨਹੀਂ ਕਰ ਰਹੀ, ਜਿਹੜੇ ਲੋਕ ਇੱਥੇ ਅੰਦੋਲਨਾਂ ਵਿੱਚ ਸ਼ਾਮਿਲ ਹੋਇਆ, ਕਿਤੇ ਉਹ ਗੁੰਮਰਾਹ ਤਾਂ ਨਹੀਂ ਹੋ ਰਹੇ। ਸਾਡੇ ਸਵਾਲ ਉਹਨਾਂ ਸਾਰਿਆਂ ਦੇ ਲਈ ਹੈ, ਅਤੇ ਕੋਸ਼ਿਸ਼ ਕਰਾਂ ਕਿ ਤੁਹਾਨੂੰ ਅਸੀਂ ਰਾਹ ਦੱਸ ਸਕੀਏ ਅਸਲ ਵਿੱਚ ਮੁੱਦਾ ਹੈ ਕੀ ਹੈ। ਬਹੁਤ ਧੰਨਵਾਦ।